अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਸਤਿਕਾਰ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ। ਅੱਜ ਦੀ ਇਸ ਵਿਸ਼ੇਸ਼ ਚਰਚਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਆਪਣੇ ਨਾਲ ਨੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ। ਅੱਜ ਦੋਸਤੋ ਆਪਾਂ ਜਿਹੜੀ ਵਿਚਾਰ ਚਰਚਾ, ਕਿਉਂਕਿ ਪੋਲੀਟੀਕਲ ਲੋਕ ਆਪਣੇ ਆਪਣੇ ਪਾਰਟੀਆਂ 'ਚ ਮਸ਼ਰੂਫ ਨੇ, ਕਈ ਵਾਰੀ ਉਹ ਮੰਚ 'ਤੇ ਆ ਕੇ ਵੀ ਆਪਣੀ ਗੱਲ ਜਿਹੜੀ ਹੈ ਪ੍ਰੋਪਰਲੀ ਕਹਿ ਨਹੀਂ ਪਾਉਂਦੇ, ਜਾਂ ਆਪਣੀ ਪਾਰਟੀ ਨੂੰ ਜਸਟੀਫਾਈ ਕਰਨਾ ਉਹਨਾਂ ਦੀ ਜੋਬ ਹੁੰਦੀ, ਇਸ ਕਰਕੇ ਅਨੈਲਿਸਿਸ ਨਹੀਂ ਹੁੰਦਾ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਾਂ ਅਨੈਲਿਸਿਸ ਕਰਨਾ, ਪੜਚੋਲ ਕਰਨੀ ਹੈ ਪੰਜਾਬ ਦੀ ਅਤੇ ਭਾਰਤ ਦੀ ਸਿਆਸਤ ਦੀ, ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ। ਸੋ ਸੁਰਿੰਦਰ ਸਿੰਘ ਜੀ, ਪਹਿਲੀ ਗੱਲ ਤਾਂ ਆਪਾਂ ਸ਼ੁਰੂਆਤ ਕੇਂਦਰ ਸਰਕਾਰ ਤੋਂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਰੀਬਨ ਭਾਰਤ ਦੀਆਂ ਇਲੈਕਸ਼ਨ ਨਿਬੇੜ ਕੇ ਪੰਜਾਬ ਵੱਲ ਨੂੰ ਰੁੱਖ ਕੀਤਾ, ਸਾਰੇ ਲੀਡਰ ਪੰਜਾਬ ਨੂੰ ਧੜਾਧੜ ਆ ਰਹੇ ਨੇ, ਆਖਰੀ ਗੇੜ ਹੈ, ਆਖਰੀ ਜ਼ੋਰ ਹੈ। ਹੁਣ ਤੱਕ ਦਾ ਜੇ ਪੜਚੋਲ ਕਰੀਏ ਪੂਰੇ ਭਾਰਤ ਦੇ ਵਿੱਚ, ਕੀ ਮੋਦੀ ਸਰਕਾਰ ਬਣਦੀ ਨਜ਼ਰ ਆਉਂਦੀ ਹੈ ਜਾਂ ਗੱਠਜੋੜ ਵਾਲੇ ਬਿਸਰਾ ਗੋਲ ਕਰ ਗਏ ਇਹਨਾਂ ਦਾ? ਜੀ ਟਮਾਣਾ ਸਾਹਿਬ, ਵੱਡੀ ਗੱਲ ਇਹ ਆ ਕਿ ਪਹਿਲੀ ਇਲੈਕਸ਼ਨ ਸੀ ਜਿਸ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨ ਦਾ ਰੋਲ ਘੱਟ ਅਤੇ ਪ੍ਰਧਾਨ ਮੰਤਰੀ ਦੇ ਆਫਿਸ ਦਾ ਜ਼ਿਆਦਾ ਸੀ। ਜੇ 7 ਫੇਸਾਂ ਦੇ ਵਿੱਚ ਪੂਰੇ ਕੰਟਰੀ ਦੀ ਜਿਹੜੀ ਆ ਉਹ ਇਲੈਕਸ਼ਨ ਕਰਾਈ ਗਈ ਆ ਜੀ, ਤਾਂ ਪਹਿਲੀ ਵਾਰ ਸੀ ਕਿ ਡੇਟਾ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਹਾਊਸ ਨੇ ਚਾਹਿਆ ਉਸੇ ਤਰੀਕੇ ਨਾਲ ਉਹਨੇ ਫੇਸ 'ਚ ਹੋਈਆਂ ਉਹ ਸਟੇਟਾਂ ਦੀਆਂ ਉਹੀ ਸ਼ਡਿਊਲ ਬਣਿਆ। ਮਤਲਬ ਚੀਫ ਇਲੈਕਸ਼ਨ ਕਮਿਸ਼ਨ ਦੇ ਆਫਿਸ ਤੋਂ ਆਪਣੇ ਲੈਵਲ 'ਤੇ ਉਹੀ ਲਿਸਟ ਜਿਹੜੀ ਸੀ ਉਹ ਰਿਲੀਜ਼ ਕੀਤੀ ਗਈ ਕਿ ਕਿਹੜੀ ਸਟੇਟ 7 ਫੇਸਾਂ 'ਚ ਜਾਏਗੀ, ਕਿਹੜੀ 5 'ਚ ਜਾਏਗੀ, ਕਿਹੜੀ 4 'ਚ, ਕਿਹੜੀ 3 'ਚ, ਕਿਹੜੀ 2 'ਚ, ਉਹੀ ਸਾਰਾ ਕੁਛ ਕੀਤਾ। ਅਤੇ ਚੀਫ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਨਾਂ ਦੇ ਬਰਾਬਰ ਹੋ ਕੇ ਰਹਿ ਗਿਆ, ਅਤੇ ਖਾਸ ਕਰ ਵਿਰੋਧੀ ਪਾਰਟੀਆਂ ਦੇ ਲੀਡਰ ਜਿਹੜੇ ਸੀ ਉਹਨਾਂ 'ਤੇ ਕਾਰਵਾਈਆਂ ਕਰਦਾ ਰਿਹਾ, ਕਿਸੇ 'ਤੇ 48 ਘੰਟੇ ਦਾ ਬੈਨ, ਕਿਸੇ 'ਤੇ 72 ਘੰਟੇ ਦਾ ਲਾਇਆ ਗਿਆ। ਲੇਕਿਨ ਬੀਜੇਪੀ ਦੇ ਵੱਡੇ ਲੀਡਰ ਉਹ ਕੁਛ ਵੀ ਬੋਲ ਗਏ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਚਾਹੇ ਬੀਜੇਪੀ ਦਾ ਪ੍ਰਧਾਨ ਹੋਵੇ, ਕਿਸੇ ਦੇ ਵਿਰੁੱਧ ਵੀ ਉਹਨੇ ਸੁਪਰੀਮ ਕੋਰਟ ਦੇ ਕਹਿਣ ਦੇ ਬਾਵਜੂਦ ਵੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ। ਇਸ ਦੇ ਬਾਵਜੂਦ ਤੇ ਸ਼ੋ ਜਿੱਥੋਂ ਤੱਕ ਇਲੈਕਟ੍ਰੋਨਿਕ ਮੀਡੀਆ ਦਾ ਪੂਰੇ ਇੰਡੀਆ ਦਾ ਹਾਸ਼ਿਆ ਰਟਵਾਣਾ ਸਾਹਿਬ, ਸਾਰੇ ਨੇ ਜਿਹੜੀ ਖੇ ਘੋਲੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਮੋਦੀ ਲਾਈ ਆ, ਉਸ ਦੇ ਬਾਵਜੂਦ ਵੀ ਬੀਜੇਪੀ ਦੀ ਸਰਕਾਰ ਜਿਹੜੀ ਆ 2019 'ਚ ਵਾਪਸ ਆਉਂਦੀ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਤੁਸੀਂ ਮੀਡੀਆ ਦੀ ਗੱਲ ਕੀਤੀ, ਹੁਣ ਤੱਕ ਦਾ ਜਿਹੜਾ ਸੁਰਿੰਦਰ ਸਿੰਘ ਜੀ ਸਰਵੇ ਆਇਆ ਭਾਰਤੀ ਟੈਲੀਵਿਜ਼ਨ ਇੰਡਸਟਰੀ ਦਾ, ਉਹਦੇ ਵਿੱਚ ਸਾਰੇ ਚੈਨਲਾਂ ਨੇ ਮੋਦੀ ਸਾਹਿਬ ਨੂੰ 750 ਘੰਟੇ ਟਾਈਮ ਦਿੱਤਾ, ਰਾਹੁਲ ਗਾਂਧੀ ਨੂੰ 250 ਘੰਟੇ ਟਾਈਮ ਦਿੱਤਾ, ਯਾਨੀ ਰਾਹੁਲ ਤੋਂ 3 ਗੁਣਾ ਜ਼ਿਆਦਾ ਟਾਈਮ ਟੈਲੀਵਿਜ਼ਨ ਇੰਡਸਟਰੀ ਨੇ ਆਪਣੇ ਆਪਣੇ ਬੁਲੇਟਿਨ ਦੇ ਵਿੱਚ ਮੋਦੀ ਨੂੰ ਦਿੱਤਾ, ਉਹਨਾਂ ਦਾ ਆਪਣਾ ਚੈਨਲ ਵੀ ਚੱਲ ਰਿਹਾ। ਇੰਨਾ ਕੁਛ ਹੋਣ ਦੇ ਬਾਵਜੂਦ, ਮੀਡੀਆ 'ਤੇ ਕਰੋੜਾਂ ਅਰਬਾਂ ਰੁਪਏ ਲਾਉਣ ਦੇ ਬਾਵਜੂਦ, ਮੀਡੀਆ ਦਾ ਕੀ ਰੋਲ, ਕਿੰਨਾ ਕੁ ਰੋਲ ਰਿਹਾ ਬੀਜੇਪੀ ਸਰਕਾਰ ਨੂੰ ਜਿਤਾਉਣ ਅਤੇ ਦੂਸਰੇ ਨੂੰ ਹਰਾਉਣ ਦੇ ਵਿੱਚ? ਜੀ ਤੁਹਾਨੂੰ ਸਭ ਗੱਲ ਆ, ਮੀਡੀਆ ਨੇ ਰੋਲ ਤਾਂ ਪੂਰਾ ਨਿਭਾਉਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਮੀਡੀਆ ਨੇ ਜਿਸ ਤਰੀਕੇ ਨਾਲ ਰੋਲ ਨਿਭਾਇਆ ਉਸ ਨਾਲ ਲੋਕਾਂ ਦੇ ਵਿੱਚ ਮੀਡੀਆ ਪ੍ਰਤੀ ਬੜੀ ਵੱਡੀ ਨਫ਼ਰਤ ਜਿਹੜੀ ਉਹ ਫੈਲ ਗਈ ਆ। ਔਰ ਕਿਤੇ ਨਾ ਕਿਤੇ ਜਿਹੜੇ ਬੰਦੇ ਨਿਊਜ਼ ਚੈਨਲ ਤੋਂ ਇਲਾਵਾ ਕੁਛ ਨਹੀਂ ਸੀ ਦੇਖਦੇ ਉਹਨਾਂ ਨਿਊਜ਼ ਨੂੰ ਛੱਡ ਕੇ ਸੀਰੀਅਲ ਦੇਖਣੇ ਸ਼ੁਰੂ ਕਰ ਦਿੱਤੇ ਅਤੇ ਇਹਦੇ ਤੋਂ ਕਿਨਾਰਾ ਕਰ ਗਿਆ। ਲੋਕਾਂ ਨੂੰ ਪਤਾ ਸੀ ਕਿ ਨਿਊਜ਼ ਜਿਹੜੀ ਕੀ ਆ ਰਹੀ ਆ, ਕਿਸ ਤਰੀਕੇ ਨਾਲ ਆ ਰਹੀ ਆ, ਕਿਸ ਤਰ੍ਹਾਂ ਮੈਨੂਪੁਲੇਟ ਕੀਤੀ ਹੋਈ ਆ, ਕੀ ਕੁਛ ਆ, ਲੋਕ ਸਾਰਾ ਕੁਛ ਉਹਨੂੰ ਸਮਝਦੇ ਸੀ। ਇਸ ਕਰਕੇ ਕਿਤੇ ਨਾ ਕਿਤੇ ਮੈਂ ਕਹਿੰਦਾ ਬੀਜੇਪੀ ਵੀ ਫੇਲ ਹੋਈ ਆ ਦੁਬਾਰਾ ਸਰਕਾਰ ਬਣਾਉਣ ਦੇ ਵਿੱਚ, ਔਰ ਮੀਡੀਆ ਵੀ ਬੜੇ ਵੱਡੇ ਲੈਵਲ 'ਤੇ ਫਲੋਪ ਹੋਇਆ। ਔਰ ਜਿਸ ਦਿਨ ਟਵਾਣਾ ਸਾਹਿਬ 23 ਤਰੀਕ ਨੂੰ ਰਿਜ਼ਲਟ ਆਏ, ਉਸ ਦਿਨ ਕਿਤੇ ਨਾ ਕਿਤੇ ਮੀਡੀਆ ਜਿਹੜਾ ਉਹਨੂੰ ਨਮੋਛੀ ਭਰਿਆ ਦਿਨ ਜਿਹੜਾ ਉਹ ਦੇਖਣਾ ਪਏਗਾ ਕਿ ਅਸੀਂ ਕੀ ਕੀਤਾ ਸੀ ਅਤੇ ਸਾਡੇ ਸਾਹਮਣੇ ਜਿਹੜੇ ਰਿਜ਼ਲਟ ਕਿਸ ਤਰੀਕੇ ਨਾਲ ਆਏ ਆ। ਸ਼ਾਇਦ ਹੁਣ ਇਹ ਨਹੀਂ ਦੇਖਦਾ ਕਿ ਉਹ ਯੂਪੀ, ਮੈਨੂੰ ਲੱਗਦਾ ਜਿਹੜਾ ਥਰਡ ਫਰੰਟ ਬਣੇਗਾ ਅਤੇ ਯੂਪੀ ਹੋਏਗਾ ਉਹਦੀ ਅਲਾਇੰਸ ਦੇ ਵਿੱਚ ਹੀ ਕਿਤੇ ਸਰਕਾਰ ਬਣੇਗੀ, ਉਹਨਾਂ 'ਚੋਂ ਕੋਈ ਵੀ ਬੀਜੇਪੀ ਨੂੰ ਸਪੋਰਟ ਦੇਣ ਲਈ ਤਿਆਰ ਨਹੀਂ ਹੋਏਗਾ। ਔਰ ਬੀਜੇਪੀ ਦੀ ਜਿਹੜੀ ਆ ਉਹ 19 ਦੇ ਵਿੱਚ ਵਾਪਸੀ ਜਿਹੜੀ ਉਹ ਕਿਤੇ ਵੀ ਦਿਖਾਈ। ਕਾਰਨ ਕੀ ਨੇ? ਦੇਖੋ ਟਾਈਮ ਮੈਗਜ਼ੀਨ ਦੁਨੀਆ ਦੇ ਵਕਾਰੀ ਚਰਚਿਤ ਮੈਗਜ਼ੀਨਾਂ 'ਚ ਸ਼ਾਮਿਲ ਹੈ। ਟਾਈਮ ਮੈਗਜ਼ੀਨ ਦੇ ਜਿਹੜੇ ਕਵਰ ਪੇਜ 'ਤੇ ਤੀਸਰੀ ਵਾਰੀ ਮੋਦੀ ਸਾਹਿਬ ਦੀ ਮੂਹਰਤ ਦੇ ਨਾਲ ਅਨੈਲਿਸਿਸ ਛਪਿਆ,
ਆਤਿਸ਼ ਤਸ਼ੀਰ ਜਿਹੜੇ ਕਿ ਤਵਲੀਨ ਸਿੰਘ ਦੇ ਬੇਟੇ ਨੇ, ਪਾਕਿਸਤਾਨੀ ਮੂਲ ਦੇ ਉਹਨਾਂ ਦੇ ਪਿਤਾ ਨੇ, ਉਹਨਾਂ ਨੇ ਸਾਰਾ ਐਡੀਟੋਰੀਅਲ ਜਿਹੜਾ ਲਿਖਿਆ, ਕਹਾਣੀ ਜਿਹੜੀ ਲਿਖੀ ਟਾਈਮ ਮੈਗਜ਼ੀਨ 'ਤੇ, ਕਿ ਭਾਰਤ ਨੂੰ ਵੰਡਣ ਵਾਲਿਆਂ ਦੇ ਵਿੱਚ ਸਭ ਤੋਂ ਮੋਹਰੀ ਮੋਦੀ ਹੈ, ਫੁੱਟ ਪਾਊ ਤਾਕਤਾਂ ਦਾ ਜਿਹੜਾ ਮੁਜੱਸਮਾ ਉਹ ਮੋਦੀ ਨੂੰ ਐਲਾਨਿਆ ਉਹਨਾਂ ਨੇ, ਮੋਸਟ ਐਡਵਾਈਡਨ ਜਿਹੜੀ ਪਰਸਨੈਲਿਟੀ, ਵੰਡ ਪਾਊ ਫੁੱਟ ਪਾਊ ਇਹਨੂੰ ਐਲਾਨ ਦਿੱਤਾ ਟਾਈਮ ਮੈਗਜ਼ੀਨ ਨੇ। ਇਸ ਦੌਰਾਨ ਸੋਸ਼ਲ ਸਾਈਟਸ ਦਾ ਕੀ ਅਸਰ ਤੁਸੀਂ ਵੇਖਦੇ ਹੋ ਇਸ ਚੋਣ ਦੇ ਵਿੱਚ? ਜੀ ਤੁਹਾਡਾ ਸਰ, ਸੋਸ਼ਲ ਸਾਈਟ ਆਪਣੀ ਜਗ੍ਹਾ 'ਤੇ ਆ, ਲੇਕਿਨ ਜਿਹੜਾ ਇਲੈਕਟ੍ਰੋਨਿਕ ਮੀਡੀਆ ਸੀ ਇਹਨੇ ਜਿਹੜਾ ਵੀ ਰੋਲ ਪਲੇ ਕੀਤਾ ਉਹ ਸਿਰਫ ਸਰਕਾਰ ਦੇ ਪੱਖੀ ਕੀਤਾ। ਸਰਕਾਰ ਨੂੰ ਹਰ ਮੋੜ 'ਤੇ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਉਹਦੀਆਂ ਖਾਮੀਆਂ ਛੁਪਾਉਣ ਦੀ ਕੋਸ਼ਿਸ਼ ਕੀਤੀ ਆ। ਜੋ ਖਾਮੀਆਂ ਸੀ ਉਹ ਜਿਹੜੀਆਂ ਕਿ ਜਦੋਂ ਮੀਡੀਆ ਦਾ ਰੋਲ ਸੀ ਕਿ ਚੰਗਿਆਈ ਅਤੇ ਬੁਰਿਆਈ ਦੋਨਾਂ ਨੂੰ ਜਿਹੜਾ ਉਜਾਗਰ ਕਰਨਾ ਸੀ, ਜੇ ਚੰਗੇ ਕੰਮ ਕੀਤੇ ਸੀ ਤਾਂ ਘੱਟੋ ਘੱਟ ਪਬਲਿਕ ਦੇ ਸਾਹਮਣੇ ਲੈ ਕੇ ਆਉਂਦੇ, ਮਾੜੇ ਸੀ ਅਤੇ ਉਹ ਲੈ ਕੇ ਆਉਂਦੇ। ਇਹ ਮੀਡੀਆ ਦਾ ਰੋਲ ਹੋਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਹੋ ਸਕਿਆ। ਇਸੇ ਕਰਕੇ ਹੀ ਮੋਦੀ ਸਾਹਿਬ ਦੇ ਇੰਨਾ ਵੱਡਾ ਗੁੱਸਾ ਜਿਹੜਾ ਉਹ ਇੰਟਰਨੈਸ਼ਨਲ ਲੈਵਲ 'ਤੇ ਨਿਕਲਦਿਆ। ਮੋਦੀ ਸਾਹਿਬ ਇੱਕੋ ਕਹਿ ਰਹੇ ਕਿ ਮੈਂ ਦੇਸ਼ ਕੋ ਜਹਾਂ ਪਹੁੰਚਾ ਦੂੰਗਾ, ਮੈਂ ਜੇ ਕਰ ਦੂੰਗਾ ਵੋ ਕਰ ਦੂੰਗਾ। ਤੁਸੀਂ ਦੇਖੋ ਕਿ ਇੰਡੀਆ ਨੂੰ ਕੇਵਲ ਸਰਜੀਕਲ ਸਟ੍ਰਾਈਕ 'ਤੇ ਲਿਜਾ ਕੇ ਇੱਕ ਇਲੈਕਸ਼ਨ ਲੜੀ ਜਾ ਰਹੀ ਆ। ਇਸ ਤੋਂ ਮਾੜੀ ਗੱਲ ਜਿਹੜੀ ਉਹ ਕੋਈ ਨਹੀਂ ਹੋ ਸਕਦੀ। ਜੇ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਰਸਤਾ ਖਿਲਾਉਣ ਦੀ ਗੱਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਕੀਤੀ ਅਤੇ ਉਹਨੂੰ ਗਦਾਰ ਤੱਕ ਗਰਦਾਨਿਆ ਗਿਆ, ਕਿਹੜੀਆਂ ਗੱਲਾਂ ਇਹਨਾਂ ਨੇ ਨਹੀਂ ਕੀਤੀਆਂ, ਕੀ ਕਿੱਥੋਂ ਤੱਕ ਇਹ ਪਹੁੰਚਿਆ? ਅਤੇ ਮੈਨੂੰ ਲੱਗਦਾ ਕਿ ਹੁਣ ਉਹ ਚੈਪਟਰ ਜਿਹੜਾ ਉਹ ਥੋੜ੍ਹੇ ਦਿਨ ਰਹਿ ਗਏ ਆ, ਅਤੇ ਇਸ ਤੋਂ ਬਾਅਦ ਉਹ ਜਿਹੜਾ ਉਹ ਕਲੋਜ਼ ਹੋਣ ਜਾ ਰਿਹਾ। ਅਤੇ ਸ਼ਾਇਦ ਹਰ ਬੰਦਾ ਜਿਹੜਾ ਉਹਨੇ ਕਿਤੇ ਨਾ ਕਿਤੇ ਆਪਣੇ ਮਨ ਦੇ ਅੰਦਰ ਜਿਹੜੇ ਵਲਵਲੇ ਸੀ ਉਹ ਇਸ ਇਲੈਕਸ਼ਨ 'ਚ ਕਿਤੇ ਨਾ ਕਿਤੇ ਟਵਾਣਾ ਸਾਹਿਬ ਜਿਹੜੇ ਉਹ ਕੱਢ ਦਿੱਤੇ ਆ। ਜਿਸ ਤਰ੍ਹਾਂ ਪ੍ਰੈਸ਼ਰ ਬਣਿਆ ਕਿ ਪ੍ਰਧਾਨ ਮੰਤਰੀ ਨੇ 5 ਸਾਲ ਕਿਸੇ ਪ੍ਰੈਸ ਕਾਨਫਰੰਸ 'ਚ ਭਾਗ ਨਹੀਂ ਲਿਆ, ਕਿਸੇ ਨੂੰ ਇੰਟਰਵਿਊ ਨਹੀਂ ਦਿੱਤਾ, ਸ਼ਾਇਦ ਉਹ ਜਿਹੜੀ ਇੱਕ ਧਾਰਨਾ ਬਣੀ ਉਹਨੂੰ ਤੋੜਨ ਦੀ ਕੋਸ਼ਿਸ਼ ਹੈ। ਕੁਛ ਆਪਣੇ ਚੈਨਲਾਂ ਨੂੰ ਇੰਟਰਵਿਊ ਦਿੱਤੀ ਹੈ ਮੋਦੀ ਸਾਹਿਬ ਨੇ, ਜਿਹਦੇ ਵਿੱਚ ਉਹ ਕਈ ਗੈਰ ਵਿਗਿਆਨਕ ਜਾਂ ਗੈਰ ਤੱਥਾਂ ਵਾਲੀਆਂ ਗੱਲਾਂ ਚੇਪ ਗਏ ਨੇ ਜਿਨ੍ਹਾਂ ਨੂੰ ਲੈ ਕੇ ਮਜ਼ਾਕ ਬਹੁਤ ਹੋ ਰਿਹਾ। ਸਾਬਕਾ IB ਮਿਨਿਸਟਰ ਨੇ ਅਨੰਦਪੁਰ ਸਾਹਿਬ ਤੋਂ ਚੋਣ ਲੜਨੇ ਕਾਂਗਰਸੀ ਆਗੂ ਮਨੀਸ਼ ਤਿਵਾੜੀ, ਹਾਲਾਂਕਿ IB ਮਿਨਿਸਟਰ ਰਹਿੰਦਿਆਂ ਉਹਨਾਂ ਨੇ ਵੀ ਮੀਡੀਆ ਇੰਡਸਟਰੀ ਦੇ ਵਿੱਚ ਕੁਛ ਖਾਸ ਸੁਧਾਰ ਲਿਆਉਣ ਦੀ ਗੱਲ ਨਹੀਂ ਕੀਤੀ। 2 ਮਿਨਿਸਟਰ ਕਾਂਗਰਸ ਦੇ ਰਹੇ ਨੇ, ਅੰਬਿਕਾ ਸੋਨੀ ਆ ਉਹ IB ਮਿਨਿਸਟਰ ਰਹੀ ਮੀਡੀਆ ਦੀ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੀ ਮਨੀਸ਼ ਤਿਵਾੜੀ ਰਹੇ, ਪਰ ਇਹਨਾਂ ਨੇ ਵੀ ਭਾਰਤ ਦੇ ਮੀਡੀਆ ਦੇ ਵਿੱਚ ਸੁਧਾਰ ਲਿਆਉਣ ਲਈ ਕੁਛ ਨਹੀਂ ਕੀਤਾ। ਜਦੋਂ ਅਕਾਲੀਆਂ ਦਾ ਰਾਜ ਹੁੰਦਾ ਹੈ ਅਤੇ ਉਦੋਂ ਫਿਰ PTC ਚੱਲਦਾ, ਅਤੇ ਜਦੋਂ ਕਾਂਗਰਸ ਦਾ ਉਦੋਂ ਪੰਜਾਬ ਟੂਡੇ ਚੱਲਦਾ। ਇਹ ਸਵਾਲ ਮੈਂ ਇਸੇ ਚੈਨਲ ਦੇ ਰਾਹੀਂ ਕੈਪਟਨ ਸਾਹਿਬ ਨੂੰ ਵੀ ਪੁੱਛਿਆ ਸੀ, ਪਰ ਇਹਨਾਂ ਨੇ ਵੀ ਆਪਣੀ ਵਜ਼ਾਰਤ ਰਹਿੰਦਿਆਂ ਕੋਈ ਸੁਧਾਰ ਮੀਡੀਆ ਦੇ ਵਿੱਚ ਨਹੀਂ ਕੀਤੇ ਕਿ ਮੀਡੀਆ ਪੀੜ੍ਹੀ ਪੱਤਰਕਾਰੀ ਤੋਂ ਬਚੇ, ਨਿਰਮਖ ਮੀਡੀਆ, ਆਜ਼ਾਦ ਮੀਡੀਆ ਇੱਥੇ ਪੈਦਾ ਹੋਵੇ। ਉਹ ਆਪਣੇ ਵੇਲੇ ਕਰਦੇ ਰਹੇ ਆਪਣਾ ਗਰੁੱਪ, ਅਤੇ ਹੁਣ ਇਹਨਾਂ ਦੀ ਵਾਰੀ ਆਈ, ਇਹ ਉਹੀ ਕੁਛ ਕਰਦੇ ਰਹੇ। ਸੋ ਇਸ ਦੌਰਾਨ ਮਨੀਸ਼ ਤਿਵਾੜੀ ਨੇ ਵੀ ਕਹਿ ਦਿੱਤਾ, ਮੈਨੂੰ ਪਤਾ ਅਖਬਾਰਾਂ ਟੈਲੀਵਿਜ਼ਨ ਵਾਲੇ ਕਿੰਨੇ ਕੁ 'ਚ ਵੇਖਦੇ ਨੇ, ਇਹ ਤਾਂ ਇੱਕ ਸਾਬਕਾ IB ਦਾ ਮਿਨਿਸਟਰ ਕਹਿ ਰਿਹਾ, ਹਾਲਾਂਕਿ ਉਹਨਾਂ ਨੇ ਕੀ ਕੀਤਾ ਉਹ ਉਹਨਾਂ ਦੇ ਵੀ ਜਨਤਾ ਦੇ ਸਾਹਮਣੇ ਆ। ਪਰ ਇਸ ਦੌਰਾਨ ਕੀ ਕਾਰਨ ਬਣਿਆ ਕਿ ਜਿਹੜੀ ਡਿਵੈਲਪਮੈਂਟ ਦੀ ਇਹ ਗੱਲ ਕਰਦੇ ਨੇ ਕਿ ਇਹ ਕੀਤਾ ਉਹ ਕੀਤਾ, ਉਹ ਮੁੱਦੇ ਨਹੀਂ ਬਣੇ? ਬਾਲਾਕੋਟ ਜਾਂ ਜਿਹੜਾ ਹਿੰਦੂਤਵ ਦਾ ਮੁੱਦਾ ਹੀ ਬਣਿਆ, ਇਸੇ ਹਿੰਦੂਤਵ ਦੇ ਖਿਲਾਫ ਜੇ ਆਪਾਂ ਗੱਲ ਕਰੀਏ, ਥੋੜ੍ਹਾ ਇੱਧਰ ਨੂੰ ਆਈਏ, ਗੱਠਜੋੜ ਦੀ ਗੱਲ ਬਾਅਦ 'ਚ ਕਰਾਂਗੇ ਕਿ ਉਹ ਕਿੱਥੇ ਖੜ੍ਹੇ ਨੇ। ਪ੍ਰਿਯੰਕਾ ਗਾਂਧੀ ਦਾ ਬਠਿੰਡੇ ਉਹ ਰਾਜਾ ਵੜਿੰਗ ਦੇ ਹੱਕ 'ਚ ਪ੍ਰਚਾਰ ਕਰਨ ਆਏ, ਕਿਉਂਕਿ ਉਹ ਰਾਹੁਲ ਗਾਂਧੀ ਖੇਮੇ ਦਾ ਨੇਤਾ ਹੈ। ਇਸ ਦੌਰਾਨ ਉਹਨੇ RSS ਨੂੰ ਬੁਰੀ ਤਰ੍ਹਾਂ ਭੰਡਿਆ। ਕਮਲ ਹਸਨ ਜਿਹੜੇ ਬਾਲੀਵੁੱਡ ਅਦਾਕਾਰ ਨੇ, ਉਹਨਾਂ ਨੇ ਨਵੀਂ ਪਾਰਟੀ ਬਣਾਈ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਦੇਸ਼ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਨੱਥੂ ਰਾਮ ਗੌਂਡਸੇ। ਅਤੇ ਇਹ ਵੀ ਹੁਣ ਮਾਇਆਵਤੀ ਨੇ ਵੀ ਕਹਿ ਦਿੱਤਾ ਕਿ RSS ਵੀ ਹੁਣ ਮੋਦੀ ਨੂੰ ਸਪੋਰਟ ਨਹੀਂ ਕਰ ਰਹੀ, ਉਹ ਵੀ ਇਹਦਾ ਬਦਲ ਲੱਭ ਰਹੇ ਨੇ। ਜਿਸ ਤਰ੍ਹਾਂ ਪ੍ਰਿਯੰਕਾ ਨੇ ਇੱਥੇ ਆ ਕੇ ਇਹ ਗੱਲ ਕਹੀ ਕਿ ਮੈਂ ਪੰਜਾਬ ਦੀ, ਮੇਰਾ ਘਰ ਵਾਲਾ ਪੰਜਾਬੀ ਹੈ, ਬਲਾ ਬਲਾ ਜੇ ਵੋ, ਇਸ ਦੌਰਾਨ ਉਹਨੇ RSS ਨੂੰ ਜਿਹੜਾ ਟਾਰਗੇਟ ਕੀਤਾ, ਕੀ ਲੱਗਦਾ ਕਿ ਇਸ ਦੇ ਨਾਲ ਪੰਜਾਬ ਦੇ ਵਿੱਚੋਂ ਇਹ ਕਾਂਗਰਸ ਕੋਈ ਵੋਟ ਹਾਸਲ ਕਰ ਜਾਏਗੀ RSS ਦੇ ਖਿਲਾਫ ਬੋਲ ਕੇ? ਜੀ ਹਾਂ, ਗੱਲ RSS ਦੀ ਨਹੀਂ, ਗੱਲ BJP ਦੀ ਨਹੀਂ, ਗੱਲ ਇਨਸਾਨੀਅਤ ਦੀ ਹੈ। ਖਾਸ ਕਰ ਜਿੱਥੋਂ ਤੱਕ ਸਿਆਸਤ ਦਾ ਸੰਬੰਧ ਆ, ਉਹਦੇ 'ਚ ਇਨਸਾਨੀਅਤ ਜਿਹੜੀ ਉਹ ਮਰ ਚੁੱਕੀ ਹੈ, ਇਨਸਾਨੀਅਤ ਕਿਤੇ ਦੂਰ ਤੱਕ ਦਿਖਾਈ ਨਹੀਂ ਜੀ। ਹੁਣ ਪ੍ਰਿਯੰਕਾ ਨੂੰ ਪਤਾ ਸੀ ਕਿ ਇੱਥੇ ਕੱਲ੍ਹ ਮੋਦੀ ਸਾਹਿਬ ਕਿਹੜਾ ਪੱਤਾ ਖੇਡ ਕੇ ਗਏ ਆ, ਸੁਭਾਵਕ ਸੀ ਉਹਨਾਂ ਨੇ ਉਹ ਪੱਤਾ ਖੇਡਣਾ ਹੀ ਖੇਡਣਾ। ਹਾਂ, ਉਹਨਾਂ ਨੇ 84 ਦਾ ਸੈਮ ਪਤਰੋਦਾ ਦੇ ਬਿਆਨ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇੱਥੋਂ ਤੱਕ
ਬੀਬੀ ਜਗਦੀਸ਼ ਕੌਰ ਜਿਹੜੀ ਨੂੰ ਵਿਚਾਰੀ ਨੂੰ 32-33 ਸਾਲ ਕਿਸੇ ਨੇ ਪਾਣੀ ਦਾ ਗਲਾਸ ਜੇ ਮੈਂ ਕਹਾਂ ਉਹ ਨਹੀਂ ਪੁੱਛਿਆ। ਇਹਨਾਂ ਦੀ ਵੀ ਸਰਕਾਰ ਰਹੀ ਨਾਲੇ ਆਈ ਕਿ ਗੁਜਰਾਲ ਦੀ ਰਹੀ। ਬਿਲਕੁਲ ਦਿੱਲੀਓਂ ਵਿਚਾਰੀ ਸਾਰਾ ਪਰਿਵਾਰ ਆਪਣਾ ਕੁਰਬਾਨ ਕਰਕੇ 1984 ਨਵੰਬਰ ਚ ਇੱਥੇ ਅੰਮ੍ਰਿਤਸਰ ਆ ਗਈ। ਆ ਕੇ ਛੋਟਾ ਮੋਟਾ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ, ਉਹ ਵੀ ਫਲੋਪ ਹੋ ਗਿਆ। ਵਿਚਾਰੀ ਨੂੰ ਕੋਈ ਰਸਤਾ ਨਹੀਂ ਦਿਖਾਈ ਦਿੱਤਾ। ਉਹਨੂੰ ਕਿਸੇ ਨੇ ਮੈਂ ਮਤਲਬ ਰੋਟੀ ਦੇਣੀ ਤਾਂ ਦੂਰ ਦੀ ਗੱਲ, ਮੈਂ ਪਾਣੀ ਦਾ ਗਲਾਸ ਦੀ ਗੱਲ ਰਿਹਾ, ਕਿਸੇ ਨੇ ਪਾਣੀ ਦਾ ਗਲਾਸ ਨਹੀਂ ਪੁੱਛਿਆ। ਉਹ ਵਿਚਾਰੀ ਬੀਬੀ ਜਿਹੜੇ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਟਵਾਣਾ ਸਾਹਿਬ, ਉਹ ਕੇਸ ਕਾਂਗਰਸ ਸਰਕਾਰ ਵੇਲੇ ਦਾ, ਤਰਲੋਚਨ ਸਿੰਘ ਮੈਂਬਰ ਰਾਜ ਸਭਾ ਸੀਗੇ ਹਰਿਆਣਾ ਤੋਂ, ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਜੀ, ਉਹਨਾਂ ਨੇ ਇਹ ਮੁੱਦਾ ਚੱਕਿਆ ਸੀ। ਉਸਦੇ ਬਾਅਦ ਇਹ ਕੇਸ ਟਰਾਇਲ ਹੋਇਆ, ਟਰਾਇਲ ਹੁੰਦਾ ਹੁੰਦਾ ਆ ਕੇ ਸੈਸ਼ਨ ਤੋਂ ਉਹਨੂੰ ਜਿਹੜਾ ਸੀਗਾ ਉਹਨੂੰ ਬਰੀ ਕਰ ਦਿੱਤਾ ਗਿਆ। ਫਿਰ ਉਸ ਹਾਈ ਕੋਰਟ ਆਇਆ ਅਤੇ ਹਾਈ ਕੋਰਟ ਤੋਂ ਉਹਨੂੰ ਸਜ਼ਾ ਹੋਈ, ਜਿਹਦਾ ਕਿ ਮੋਦੀ ਸਰਕਾਰ ਕ੍ਰੈਡਿਟ ਲੈ ਰਹੀ ਹੈ। ਬੇਸਿਕਲੀ ਉਹ ਇਹਨਾਂ ਦੀ ਸਰਕਾਰ ਦਾ ਨਹੀਂ, ਪਰ ਉਹਨੂੰ ਉਚੇਚਾ 21 VIP ਲੋਕਾਂ 'ਚ ਮੰਚ 'ਤੇ ਬਿਠਾਇਆ ਗਿਆ, ਇਹਦਾ ਮਤਲਬ ਇਹ ਵੀ ਤਾਂ ਕੈਸ਼ ਕਰਦੇ ਨੇ 84। ਉਹਨੂੰ ਇੱਥੇ ਸਿਆਸਤ ਦੇ ਵਿੱਚ ਆ ਕੇ ਉਹਨੂੰ ਵਿਚਾਰੀ ਨੂੰ ਮੋਹਰਾ ਬਣਾਇਆ ਗਿਆ। ਚਲੋ ਉਹਦੀ ਇੱਕ ਅੰਦਰ ਦੀ ਤੜਫ ਸੀ ਅਤੇ ਉਹਨਾਂ ਇਹ ਕਹਿਣਾ ਬਣਦਾ ਸੀ ਕਿ ਕਾਂਗਰਸ ਨੂੰ ਵੋਟ ਨਾ ਪਾਇਓ, ਇਹਦੇ ਨਾਲ ਮੈਂ ਸਹਿਮਤ ਹਾਂ। ਹੁਣ ਰਹੀ ਗੱਲ ਤਰਲੋਕਪੁਰੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਉਹਦੇ ਦੋਸ਼ੀ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਤੋਂ ਬਰੀ ਕੀਤੇ ਗਏ, ਉਹਦੇ ਲਈ ਮੋਦੀ ਸਰਕਾਰ ਨੇ ਕੋਈ ਜਵਾਬ ਨਹੀਂ। 40 ਬੰਦੇ RSS BJP ਦੇ ਵੀ ਨੇ ਜਿਨ੍ਹਾਂ ਦੇ FIR ਹੋਈਆਂ ਸੀ। 143 ਆ, 143 ਸੌਰੀ 143 ਆ, ਜਿਹਦੇ ਚ 46 ਜਿਹੜੇ ਆ ਉਹ BJP ਦੇ ਆ, ਬਾਕੀ ਜਿਹੜੇ ਆ ਉਹ RSS ਦੇ ਆ। ਠੀਕ ਹੈ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਉਹ 100 ਜਿਹੜੇ 43 ਨੇ ਉਹਨਾਂ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਹੋਈ ਆ। ਕੀ ਇਹਦਾ ਬੀਬੀ ਜਗਦੀਸ਼ ਕੌਰ ਦਾ ਮੰਚ ਤੇ ਬਹਿਣਾ 21 VIP ਲੋਕਾਂ ਦੇ ਵਿੱਚ, ਇਹਦਾ ਅਕਾਲੀ ਦਲ ਨੂੰ ਫਾਇਦਾ ਹੋਏਗਾ? ਮੈਂ ਟਵਾਣਾ ਸਾਹਿਬ ਗੱਲ ਇਹ ਆ, ਜਿੰਨੀ ਦੇਰ ਤੱਕ ਅਕਾਲੀ ਦਲ ਆਪਣੀ ਸੀਟ ਸੇਫ ਸਮਝਦਾ ਸੀ ਉਨੀ ਦੇਰ ਤੱਕ ਉਹਨਾਂ ਨੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸਮਝੀ। ਇੱਕ ਗੱਲ ਬੜੀ ਕਲੀਅਰ ਸੰਕੇਤ ਦਿੰਦੀ ਆ ਕਿ ਬਠਿੰਡਾ ਸੀਟ ਬੜੀ ਬੁਰੀ ਤਰ੍ਹਾਂ ਨਾਲ ਫਸ ਚੁੱਕੀ ਆ, ਅਕਾਲੀ ਦਲ ਉੱਥੇ ਲਟਕ ਚੁੱਕਿਆ, ਇਸੇ ਕਰਕੇ ਬੀਬੀ ਜਗਦੀਸ਼ ਕੌਰ ਨੂੰ ਲਿਆ ਕੇ ਸਟੇਜ 'ਤੇ ਬਿਠਾਇਆ ਗਿਆ। ਜੇ ਅਕਾਲੀ ਦਲ ਉੱਥੇ ਲਟਕਿਆ ਨਾ ਹੁੰਦਾ ਤਾਂ ਅਕਾਲੀ ਦਲ ਨੇ 2014 'ਚ ਨਹੀਂ ਬੀਬੀ ਜਗਦੀਸ਼ ਕੌਰ ਨੂੰ ਬਿਠਾਇਆ, ਅਕਾਲੀ ਦਲ ਨੇ 2009 'ਚ ਨਹੀਂ ਉੱਥੇ ਬੀਬੀ ਜਗਦੀਸ਼ ਕੌਰ ਨੂੰ ਬਿਠਾਇਆ। ਅੱਜ ਜੇ ਬਿਠਾਇਆ ਤੇ ਬਿਠਾਉਣ ਦਾ ਰੀਜ਼ਨ ਕੀ ਆ, ਇਹਦੇ ਪਿੱਛੇ ਸਿਆਸਤ ਕੀ ਸਥਿਤੀ ਹੈ ਬਠਿੰਡਾ ਦੀ? ਕਿਉਂਕਿ ਜੇ ਗੱਲ ਕਰੀਏ 8ਵੀਂ ਸਦੀ 'ਚ ਬਠਿੰਡਾ ਪੰਜਾਬ ਦੀ ਸਭ ਤੋਂ ਪਹਿਲੀ ਰਾਜਧਾਨੀ ਸੀ, ਬਿਕਰਮਗੜ੍ਹ, ਪਰ ਹੁਣ ਇਸ ਗੜ੍ਹ ਨੂੰ ਫਤਿਹ ਕਰਨ ਦੇ ਲਈ ਹਰਸਿਮਰਤ ਬਾਦਲ ਜਿਹੜੀ ਨੇ ਆਪਣੇ ਆਪ ਨੂੰ ਹੁਣ ਨਿਮਾਣੀ ਸੇਵਾਦਾਰ ਦੇ ਤੌਰ 'ਤੇ ਪੇਸ਼ ਕੀਤਾ, ਜੋ ਬਠਿੰਡਾ 'ਚ ਪੋਸਟ ਲੱਗੀ ਮੈਂ ਵੇਖੇ ਨੇ, ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ, ਪਹਿਲਾਂ ਨੰਨੀ ਸ਼ਾਹ ਪ੍ਰੋਜੈਕਟ ਸੀਗਾ ਅਤੇ ਉੱਧਰ ਰਾਜਾ ਵੜਿੰਗ, ਉਹ ਵੀ ਕਾਫੀ ਵਲ ਛਲ ਕੱਢ ਰਿਹਾ। ਇਸ ਦੌਰਾਨ ਕੀ ਸਥਿਤੀ ਹੈ ਬਠਿੰਡਾ ਦੀ, ਜੇ ਆਪਾਂ 13 ਲੋਕ ਸਭਾ ਸੀਟਾਂ ਦੀ ਪੜਚੋਲ ਕਰੀਏ? ਜੀ ਸੁਰਿੰਦਰ ਸਿੰਘ, ਤੁਹਾਨੂੰ ਸਭ ਪੰਜਾਬ ਦੇ ਵਿੱਚ ਕੋਈ 5 ਸੀਟਾਂ 6 ਐਸੀਆਂ ਨੇ ਜਿਹੜੀਆਂ ਬਹੁਤ ਫਸੀਆਂ ਹੋਈਆਂ ਸੀਟਾਂ ਜੀ, ਜਿਹਦੇ 'ਤੇ ਕੁਛ ਵੀ ਵਾਪਰ ਸਕਦਾ, ਔਰ ਉਹਦੇ 'ਚ ਇੱਕ ਬਠਿੰਡਾ ਵੀ ਹੈ ਜੀ, ਜਿਹਨੂੰ ਅਕਾਲੀ ਦਲ ਨੇ ਬੜਾ ਈਜ਼ੀ ਲਿਆ ਹੋਇਆ ਸੀ ਵੀ ਅਸੀਂ ਈਜ਼ੀ ਲੈ ਜਾਂਗੇ, ਲੇਕਿਨ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਜਿਹੜੀ ਆ ਉਹ ਬਠਿੰਡੇ 'ਚ ਝੋਕ ਦਿੱਤੀ ਗਈ ਆ। ਉਸਦੇ ਬਾਵਜੂਦ ਵੀ ਅਕਾਲੀ ਦਲ ਕੋਲ ਸਿਰਫ 2 ਸੀਟਾਂ ਨੇ ਅਸੈਂਬਲੀ ਸੈਗਮੈਂਟ ਨੇ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਲੀਡ ਕਰ ਸਕਦਾ ਹੈ ਔਰ ਕਰਨ ਦੀ ਉਮੀਦ ਆ, ਉੱਥੇ ਕਰੇਗਾ। ਉਹਨਾਂ 'ਚ ਇੱਕ ਲੰਬੀ ਆ, ਦੂਜਾ ਸਰਦੂਲਗੜ੍ਹ, ਬਾਕੀ ਜਿਹੜੇ 7 ਅਸੈਂਬਲੀ ਸੈਗਮੈਂਟ ਨੇ 7 ਦੇ ਉੱਤੇ ਉਹਦੀ ਬੁਰੀ ਤਰ੍ਹਾਂ ਨਾਲ ਹਾਰ ਹੋਣੀ ਆ, ਅਤੇ ਫਿਰ ਟਵਾਣਾ ਸਾਹਿਬ ਜਿੱਤ ਕਿੱਥੋਂ ਹੋਏਗੀ? ਮੈਂ ਹਮੇਸ਼ਾ ਪਿਛਲੇ 2-3 ਦਿਨਾਂ ਤੋਂ ਇੱਕ ਉਦਾਹਰਣ ਦਿੰਦਾ, ਜਿੱਦਾਂ 2014 ਦੇ ਵਿੱਚ ਕੈਪਟਨ ਸਾਹਿਬ ਪਟਿਆਲੇ ਤੋਂ ਅੰਮ੍ਰਿਤਸਰ ਜਾ ਕੇ ਬੜਾ ਆਸਾਨੀ ਨਾਲ 1,00,000 ਵੋਟ ਨਾਲ ਜਿੱਤ ਗਏ ਸੀ, ਅਤੇ ਪ੍ਰਨੀਤ ਕੌਰ ਪਟਿਆਲੇ 20,000 ਨਾਲ ਹਾਰ ਗਈ ਸੀ। ਕਿਤੇ ਇਹ ਵੀ ਹੋ ਸਕਦਾ ਕਿ ਸੁਖਵੀਰ ਸਿੰਘ ਬਾਦਲ ਹੋ ਸਕਦਾ 1.5-2 ਲੱਖ ਨਾਲ ਫਿਰੋਜ਼ਪੁਰ ਤੋਂ ਜਿੱਤ ਜਾਵੇ ਅਤੇ ਹਰਸਿਮਰਤ ਕੌਰ ਹਾਰ ਜਾਵੇ, ਤਾਂ ਇਹ ਵੀ ਕੋਈ ਕੀ ਕਹਿੰਦੇ ਹੁੰਦੇ ਆ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ। ਇਹ ਹਾਲਾਤ ਓਵਰਆਲ ਜਿਹੜੇ ਉਹ ਬਠਿੰਡੇ ਦੇ ਅੱਜ ਦੀ ਡੇਟ 'ਚ ਬਣ ਚੁੱਕੇ ਨੇ। ਪ੍ਰਿਯੰਕਾ ਅਤੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਪਹਿਲੀ ਵਾਰੀ ਪ੍ਰਚਾਰ ਕਰਨ ਉਤਰਿਆ, ਪਹਿਲਾਂ ਤਾਂ ਕਿਆਸ ਰਹੀਆਂ ਸੀ ਕਿ ਉਹ ਆ ਹੀ ਨਹੀਂ ਰਿਹਾ, ਪਰ ਉਹਨੇ ਹੁਣ ਸਿੱਧਾ ਕਹਿਤਾ ਕਿ ਜਲੇਬੀ ਵਾਂਗੂ ਇਕੱਠਾ ਕਰੂੰਗਾ ਬਾਦਲਾਂ ਨੂੰ। ਉਹ ਆਪਣੇ ਰਵਾਇਤੀ ਅੰਦਾਜ਼ ਦੇ ਵਿੱਚ ਇਹਨਾਂ ਦੇ ਖਿਲਾਫ ਆ ਗਿਆ, ਕਿਉਂਕਿ ਜਿਹੜਾ ਇਹ ਲੌਬੀ ਹੈ ਨਾ ਕੈਪਟਨ ਦੇ ਖਿਲਾਫ, ਜਿਹੜੀ ਪੰਜਾਬ ਦੀ ਕਾਂਗਰਸੀਆਂ ਦੀ ਲੌਬੀ ਹੈ,
ਉਹਨਾਂ 'ਚੋਂ ਇੱਕ ਰਾਜਾ ਵੜਿੰਗ ਵੀ ਹੈ ਜਿਹੜਾ ਕੈਪਟਨ ਦੇ ਨਾਲ ਘੱਟ ਰਾਹੁਲ ਦੇ ਨਾਲ ਜ਼ਿਆਦਾ ਹੈ। ਇਸੇ ਕਰਕੇ ਰਾਹੁਲ ਨੇ ਪ੍ਰਿਯੰਕਾ ਨੂੰ, ਨਵਜੋਤ ਸਿੰਘ ਸਿੱਧੂ ਨੂੰ ਸਪੈਸ਼ਲ ਬਠਿੰਡੇ ਭੇਜਿਆ। ਟਮਾਣਾ ਸਾਹਿਬ, ਇਹਦੇ 'ਚ ਕੋਈ ਦੋ ਰਹਿਆ ਨਹੀਂ। ਜਿਹੜੀ ਬਠਿੰਡਾ ਦੀ ਸੀਟ ਰਾਜਾ ਵੜਿੰਗ ਨੂੰ ਦਿੱਤੀ ਗਈ ਆ, ਉਹ ਰਾਹੁਲ ਗਾਂਧੀ ਦੇ ਕੋਟੇ 'ਚ ਦਿੱਤੀ ਗਈ ਆ। ਜਿਹੜੀ ਸ਼ੇਰ ਸਿੰਘ ਘੁਬਾਇਆ ਨੂੰ ਦਿੱਤੀ ਗਈ ਆ, ਉਹ ਰਾਹੁਲ ਗਾਂਧੀ ਦੇ ਕੋਟੇ 'ਚੋਂ ਡਾਇਰੈਕਟ ਆਈ ਆ ਫਿਰੋਜ਼ਪੁਰ। ਜਿਹੜੀਆਂ ਬਹੁਤ ਤਾਤ ਸੀਟਾਂ ਨੇ, ਉਹ ਕੈਪਟਨ ਦੀ ਮਰਜ਼ੀ ਮੁਤਾਬਕ ਦਿੱਤੀਆਂ ਗਈਆਂ ਨੇ। ਇਸ ਕਰਕੇ ਜਿਹੜੀ ਬਠਿੰਡਾ ਸੀਟ ਸੀ, ਇਹਦੇ 'ਤੇ ਹੁਣ ਅੱਜ 14 ਤਰੀਕ ਹੋ ਚੁੱਕੀ ਆ ਟਵਾਣਾ ਸਾਹਿਬ, 15-16 ਤੇ 17 ਤੱਕ ਐਸਾ ਗਾਹ ਪਏਗਾ। ਅਕਾਲੀ ਲੀਡਰਸ਼ਿਪ ਤੇ ਬੀਜੇਪੀ ਦੀ ਲੀਡਰਸ਼ਿਪ ਨੇ ਉੱਥੇ ਜਿੰਨਾ ਆਉਣਾ ਸੀ ਉਹ ਆ ਚੁੱਕੀ ਆ। ਇਹਦੇ ਬਾਅਦ ਮੋਦੀ ਸਾਹਿਬ ਦਾ ਇੱਕ ਦੌਰਾ, ਉਹ ਇਕੱਲੇ ਦਾ ਇਕੱਲਾ ਲੁਧਿਆਣੇ ਦੀ ਉਹਨਾਂ ਦੀ ਕਾਨਫਰੰਸ ਆ, ਉਹ 17 ਦੀ ਆ। ਲੇਕਿਨ ਇਹ 3 ਦਿਨ ਜਿਹੜੇ ਬਾਕੀ ਬਚੇ ਨੇ, ਤੇ ਇੱਕ ਅੱਜ ਦਾ ਦਿਨ ਆ, ਇਹਦੇ ਵਿੱਚ ਧਰਤੀ ਤੇ ਅਸਮਾਨ ਕਾਂਗਰਸ ਨੇ ਇੱਕ ਕਰਨਾ। ਔਰ ਮੈਂ ਵਾਰ ਵਾਰ ਕਹਿ ਰਿਹਾ, ਜੇ ਹਰਸਿਮਰਤ ਉੱਥੋਂ ਹਾਰ ਜਾਵੇ ਤੇ ਇਹ ਕੋਈ ਹੈਰਾਨੀ ਨਹੀਂ ਹੋਏਗੀ ਜੀ। ਬਠਿੰਡਾ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ, ਹਰਸਿਮਰਤ ਦੇ ਸ਼ਰੀਕੇ ਹਾਥ ਫਿਰੋਜ਼ਪੁਰ ਦੀ ਗੱਲ ਕਰੀਏ, ਜਿੱਥੇ ਸੁਖਬੀਰ ਬਾਦਲ ਉਹਨਾਂ ਦੇ ਸ਼ਰੀਕੇ ਹੱਥ ਚੋਣ ਲੜ ਰਹੇ ਨੇ। ਸ਼ੇਰ ਸਿੰਘ ਘੁਬਾਇਆ ਹੋਰਾਂ ਦੇ ਕੀ ਹਾਲਾਤ ਨੇ ਅਤੇ ਫਿਰੋਜ਼ਪੁਰ ਸੀਟ ਕੀ ਕਹਿੰਦੀ ਹੈ ਜੀ? ਹਾਂ ਟਵਾਣਾ ਸਾਹਿਬ, ਬੜੀ ਹੈਰਾਨੀ ਹੋ ਰਹੀ ਹੈ। ਰਾਹੁਲ ਗਾਂਧੀ ਦੇ ਕੋਟੇ 'ਚੋਂ ਉਹਨੂੰ ਟਿਕਟ ਦਿੱਤੀ ਗਈ ਹੋਵੇ ਤੇ ਰਾਹੁਲ ਗਾਂਧੀ ਦੀ ਘੁਰਕੀ ਦੇ ਬਾਵਜੂਦ, ਕੈਪਟਨ ਦੀ ਘੁਰਕੀ ਦੇ ਬਾਵਜੂਦ, ਉੱਥੇ 3 ਵੱਡੇ ਲੀਡਰ, ਇੱਕ ਹੰਸਰਾ ਜੋਸਨ, ਜਿਹੜੇ ਵਿਚਾਰੇ 2002 ਤੋਂ ਬਾਅਦ ਜਿਨ੍ਹਾਂ ਨੂੰ ਜਿੱਤ ਨਸੀਬ ਨਹੀਂ ਹੋਈ, ਸਾਬਕਾ ਮੰਤਰੀ ਵੀ ਨੇ, ਦੂਜੇ ਮਹਿੰਦਰ ਰਿਣਵਾ, ਜਿਨ੍ਹਾਂ ਦੀ ਟਿਕਟ ਕੱਟ ਕੇ ਘੁਬਾਇਆ ਦੇ ਬੇਟੇ ਨੂੰ ਫਿਰੋਜ਼ਪੁਰ ਤੋਂ ਦਿੱਤੀ, ਆਪਣੇ ਤੋਂ ਫਾਜ਼ਿਲਕਾ ਤੋਂ ਦਿੱਤੀ ਗਈ ਆ, ਤਾਂ ਤੀਸਰਾ ਮੌਜੂਦਾ ਸਪੋਰਟਸ ਮਿਨਿਸਟਰ ਰਾਣਾ ਗੁਰਮੀਤ ਸੋਢੀ, ਤਿੰਨੋਂ ਜਣੇ ਰੱਜ ਕੇ ਵਿਰੋਧ ਤਾਂ ਕਰ ਰਹੇ ਨੇ। ਜੇ ਮੈਂ ਕਹਾਂ ਕਿ ਸੁਖਵੀਰ ਨੂੰ ਹਰਾਉਣ 'ਚ ਕੋਈ ਕਸਰ ਤਿੰਨੋਂ ਨਹੀਂ ਬਾਕੀ ਛੱਡ ਰਹੇ ਜਿਤਾਉਣ 'ਚ, ਰਾਣਾ ਸੋਢੀ ਇੱਕ ਦਿਨ ਵੀ ਆਪਣੇ ਹਲਕੇ 'ਚ ਨਹੀਂ ਗਿਆ, ਈਵਨ ਕਿ ਉਹ ਜਾਂ ਦਿੱਲੀ ਬੈਠਾ ਜਾਂ ਕੇਵਲ ਸਿੰਘ ਢਿੱਲੋਂ ਦਾ ਪ੍ਰਚਾਰ ਕਰਦਾ ਗਿਆ ਸੰਗਰੂਰ 'ਚ। ਔਰ ਜਿੱਥੋਂ ਤੱਕ ਸਵਾਲ ਆਇਆ ਹੰਸਰਾ ਜੋਸਣ ਦਾ, ਉਹ ਨਾਲ ਤਾਂ ਚੱਲ ਰਿਹਾ, ਲੇਕਿਨ ਨਾਲ ਚੱਲ ਕੇ ਵੀ ਵੋਟ ਇਹਨੂੰ ਪਾਉਣ ਲਈ ਨਹੀਂ, ਵੋਟ ਇਹਦੇ ਵਿਰੁੱਧ ਪਾਉਣ ਲਈ ਪ੍ਰਚਾਰ ਕਰ ਰਿਹਾ। ਔਰ ਇਹੀ ਮਹਿੰਦਰ ਰੇਣਵਾ ਦਾ ਹਾਲ ਆ, ਜਿਹੜਾ ਉੱਥੇ ਇੰਚਾਰਜ ਲਾਇਆ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਦਾ, ਉਹ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਹੈ, ਉਹ ਆਪ ਟਿਕਟ ਦਾ ਦਾਅਵੇਦਾਰ ਸੀ। ਉਹ ਡੇਲੀ ਕਹਿੰਦਾ ਮੈਂ ਦਿੱਲੀ ਰਿਪੋਰਟ ਭੇਜ ਰਿਹਾ, ਇੱਕ ਦਿੱਲੀ ਤੋਂ ਆਬਜ਼ਰਵਰ ਉੱਥੇ ਪਰਮਾਨੈਂਟ ਬਿਠਾਇਆ ਹੋਇਆ, ਇਹਨਾਂ ਅਦਰ ਸਟੇਟ ਤੋਂ ਲਿਆ ਕੇ ਉਹ ਵੀ ਭੇਜ ਰਿਹਾ। ਪਰ ਉੱਥੇ ਜਿਹੜੇ ਬੰਦੇ ਸ਼ੇਰ ਸਿੰਘ ਘੁਬਾਇਆ ਦੀ ਵਿਰੋਧਤਾ ਕਰ ਰਹੇ ਨੇ ਟਵਾਣਾ ਸਾਹਿਬ, ਉਹਨਾਂ ਦੇ ਕਿਸੇ ਦੇ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਨਹੀਂ। ਇਹ ਸਮਝ ਨਹੀਂ ਆ ਰਹੀ ਕਿ ਫਿਰੋਜ਼ਪੁਰ ਸੀਟ ਨੂੰ ਕੀ ਕੰਪਰੋਮਾਈਜ਼ 'ਚ ਛੱਡਿਆ ਪਟਿਆਲਾ ਦੇ ਨਾਲ, ਕੀ ਆ ਕਿਹੜੇ ਕਾਰਨਾਂ ਕਰਕੇ ਉਹ ਸੀਟ ਛੱਡੀ ਗਈ ਆ। ਮੇਰੀ ਸਮਝ ਤੋਂ ਬਾਹਰ ਜਿਹੜਾ ਕਾਂਗਰਸ ਦਾ 13 ਦਾ ਮਿਸ਼ਨ ਸੀ, ਉਹਦੇ 'ਚ ਜੇ ਅਕਾਲੀ ਦਲ ਦੀ ਕੋਈ ਸੀਟ ਜਿਹੜੀ ਆ ਬਿਲਕੁਲ ਸੇਫ ਹੋਈ ਆ, ਕਲੀਅਰ ਹੋਈ ਆ, ਜਿਹੜੀ ਅਕਾਲੀ ਦਲ ਨੂੰ ਬਹੁਤ ਆਸਾਨੀ ਨਾਲ ਜਾ ਰਹੀ ਆ, ਉਹ ਕੇਵਲ ਅਤੇ ਕੇਵਲ ਫਿਰੋਜ਼ਪੁਰ ਆ, ਜਿੱਥੇ ਅਕਾਲੀ ਦਲ ਬੜੀ ਵੱਡੀ ਲੀਡ 'ਤੇ ਜਿੱਤ ਰਿਹਾ। ਜੇਕਰ ਉੱਥੇ ਕਾਂਗਰਸ ਨੇ ਹੁਣ ਉਹ ਸੀਟ ਨੂੰ ਸਾਂਭਣ ਦੀ ਵੀ ਕੋਸ਼ਿਸ਼ ਕੀਤੀ, ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਦੀ ਜਿੱਡੀ ਵੱਡੀ ਲੀਡ ਉਸ ਹਲਕੇ ਤੋਂ ਹੋ ਚੁੱਕੀ ਆ, ਉਹਨੂੰ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਉਹਨੂੰ ਕੱਟ ਪਾਉਣਗੇ, ਮੈਨੂੰ ਐਸਾ ਕੋਈ ਜੀ ਜੀ। ਹੌਟ ਸੀਟਾਂ 'ਚੋਂ ਜੇ ਆਪਾਂ ਗੱਲ ਕਰੀਏ, ਹੌਟ ਸੀਟਾਂ 'ਚੋਂ ਹੁਣ ਆਪਾਂ ਚੱਲਦੇ ਹਾਂ ਗੁਰਦਾਸਪੁਰ। ਗੁਰਦਾਸਪੁਰ ਦੀ ਕੀ ਸਥਿਤੀ ਹੈ? ਸਨੀ ਦਿਓਲ ਕਾਫੀ ਤਕੜੀ ਟੱਕਰ ਸੁਨੀਲ ਜਾਖੜ ਨੂੰ ਦੇ ਰਹੇ ਨੇ, ਸੁਨੀਲ ਜਾਖੜ ਵੀ ਪ੍ਰਿਯੰਕਾ ਵਾਡਰਾ ਦੇ ਰੋਡ ਸ਼ੋਅ ਦੀ ਮੰਗ ਕਰ ਰਹੇ ਨੇ ਜੀ। ਟਵਾਣਾ ਸਾਹਿਬ, ਜਿੱਥੋਂ ਤੱਕ ਗੁਰਦਾਸਪੁਰ ਦਾ, ਸਨੀ ਦਿਓਲ ਬਹੁਤ ਲੇਟ ਪਹੁੰਚਿਆ। ਸਨੀ ਦਿਓਲ ਕੋਲ ਸਵਾਏ ਰੋਡ ਸ਼ੋਅ ਤੋਂ ਹੋਰ ਕੋਈ ਕੰਮ ਨਹੀਂ ਹੋਇਆ, ਡੋਰ ਟੂ ਡੋਰ ਉਹ ਜਾ ਨਹੀਂ ਸਕੇ, ਟਾਈਮ ਬਹੁਤ ਘੱਟ ਸੀ। ਪਰ ਉੱਥੇ ਜਿੱਡੀ ਵੱਡੀ ਲੀਡ, ਮੈਂ ਫੇਰ ਕਹਿ ਰਿਹਾ, ਤਕਰੀਬਨ 80-90 ਹਜ਼ਾਰ ਤੋਂ ਉੱਪਰ ਦੀ ਲੀਡ ਜਿਹੜੀ ਸੁਨੀਲ ਜਾਖੜ ਲੈ ਕੇ ਬੈਠਾ, ਉਸ ਨੂੰ ਕੀ ਉਹ ਤੋੜ ਪਾਏਗਾ? ਇਹ ਬੜਾ ਵੱਡਾ ਸਵਾਲ ਹੈ। ਦੂਜੀ ਗੱਲ, ਸਨੀ ਦਿਓਲ ਦੇ ਨਾਲ ਜਿਹੜੇ ਲੋਕ ਚੱਲੇ ਆ, ਕੀ ਉਹ ਉਹਨੂੰ ਜਿਤਾਉਣ ਲਈ ਚੱਲੇ ਆ ਕਿ ਜਾਂ ਉਹਦੇ ਨਾਲ ਸੈਲਫੀਆਂ ਖਿਚਾਉਣ ਲਈ ਚੱਲੇ ਆ? ਇਹ ਵੀ ਅਜੇ ਸਵਾਲ ਆ। ਜੇ ਤਾਂ ਉਹ ਵਾਕਿਆ ਹੀ ਉਹਦੇ ਨਾਲ ਦਿਲੋਂ ਚੱਲੇ ਆ, ਤਾਂ ਫਿਰ ਸੁਨੀਲ ਜਾਖੜ ਦੀ ਉੱਥੇ ਹਾਰ ਯਕੀਨੀ ਆ। ਜੇ ਨਹੀਂ ਦਿਲੋਂ ਚੱਲੇ ਸਨੀ ਦਿਓਲ ਨਾਲ, ਤੇ ਫਿਰ ਸਨੀ ਦਿਓਲ ਦੀ ਹਾਰ ਜਿਹੜੀ ਉਹ ਯਕੀਨੀ ਆ। ਫਿਰ ਸਨੀ ਦਿਓਲ, ਮੈਨੂੰ ਲੱਗਦਾ ਫਿਰ ਤਿੰਨੋਂ ਪਿਓ ਪੁੱਤ ਇਹ
ਕੋਈ ਵੀ ਅਤਕਥਨੀ ਨਹੀਂ ਹੋਏਗੀ ਕਿ ਜੇ ਤਿੰਨੋਂ ਪਿਓ ਪੁੱਤ ਜਿਹੜੇ ਆ ਉਹ ਆਪਣਾ ਬੋਰੀ ਬਿਸਤਰਾ ਬੰਨ੍ਹ ਕੇ ਦੁਬਾਰਾ ਬੰਬੇ ਚਲੇ ਜਾਣ ਤਾਂ ਇਹ ਹਾਲਾਤ ਜੀ ਜੀ ਅੰਮ੍ਰਿਤਸਰ ਸ਼ਹਿਰੀ ਤੋਂ ਹਰਦੀਪ ਸਿੰਘ ਪੁਰੀ ਜਾਂ ਕਾਂਗਰਸੀ ਜਿਹੜੇ ਨੇ ਐਮ ਪੀ ਨੇ ਸਾਬਕਾ ਉਹਨਾਂ ਦੀ ਕੀ ਸਥਿਤੀ ਹੈ ਅੰਮ੍ਰਿਤਸਰ ਸ਼ਹਿਰੀ ਹਲਕੇ ਤੋਂ ਨਹੀਂ ਉਹਨਾਂ ਦੀ ਸਥਿਤੀ ਕੋਈ ਟਵਾਣਾ ਸਾਹਿਬ ਬਹੁਤ ਕੋਈ ਵਧੀਆ ਨਹੀਂ ਹੈ ਉੱਥੇ ਬੜੀ ਈਜ਼ੀਲੀ ਸੀਟ ਜਿਹੜੀ ਆ ਉਹ ਕਾਂਗਰਸ ਨੂੰ ਜਾ ਰਹੀ ਆ ਉੱਥੇ ਦੋ ਤਿੰਨ ਰੀਜ਼ਨ ਨੇ ਇੱਕ ਤਾਂ ਇਹ ਆ ਕਿ ਉੱਥੇ ਕਾਂਗਰਸ ਦਾ ਬੜਾ ਵੱਡਾ ਆਧਾਰ ਹੈ ਦੂਜੀ ਗੱਲ ਬੀਜੇਪੀ ਦਾ ਕੋਈ ਵੱਡਾ ਲੀਡਰ ਜਿਹੜਾ ਉਹ ਉੱਥੇ ਕੰਪੇਨ ਨਹੀਂ ਕਰ ਰਿਹਾ ਸਾਰੇ ਸਟੇਟ ਲੈਵਲ ਦੇ ਲੀਡਰ ਜਿਹੜੇ ਨੇ ਉਹ ਸਨੀ ਦਿਓਲ ਵੱਲ ਭੱਜ ਚੁੱਕੇ ਨੇ ਦੂਜੀ ਗੱਲ ਵਿਕਰਮ ਮਜੀਠੀਆ ਨੇ ਮਜੀਠਾ ਹਲਕਾ ਜਿਹੜਾ ਅੰਮ੍ਰਿਤਸਰ ਸ਼ਹਿਰੀ 'ਚ ਪੈਣਾ ਸੀ ਉੱਥੋਂ ਵੱਡੀ ਲੀਡਰ ਲੀਡ ਆਉਣੀ ਸੀ 30-35-40 ਹਜ਼ਾਰ ਦੀ ਆਉਂਦੀ ਆ ਇਸ ਵੇਲੇ ਦੀ ਹਾਲਤ ਇਹ ਬਣੀ ਪਈ ਕਿ ਮਜੀਠਾ ਤਾਂ ਬਠਿੰਡੇ ਸ਼ਹਿਰ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ ਆਪਣੀ ਭੈਣ ਦੀ ਸੀਟ ਬਚਾਉਣ ਦੇ ਲਈ ਲੱਗਾ ਹੋਇਆ ਅਤੇ ਇਹ ਐਸੀ ਹਾਲਤ ਬਣੀ ਕਿ ਸ਼ਾਇਦ ਮਜੀਠੇ ਤੋਂ ਵੀ ਅਕਾਲੀ ਦਲ ਜਿਹੜਾ ਉਹ ਹਾਰ ਕੇ ਨਿਕਲੇ ਅਤੇ ਜੋ ਅਕਾਲੀ ਦਲ ਉੱਥੋਂ ਹਾਰਦਾ ਫਿਰ ਬੀਜੇਪੀ ਨੇ ਉਹ ਸੀਟ ਕਿੱਥੋਂ ਕੱਢਣੀ ਆ ਉਹ ਸੀਟ ਜਿਹੜੀ ਆ ਉਹ ਤਕਰੀਬਨ ਮੇਰੇ ਹਿਸਾਬ ਦੇ ਨਾਲ ਪੂਰੀ ਸਾਹਿਬ ਦੇ ਹੱਥੋਂ ਨਿਕਲ ਚੁੱਕੀ ਆ ਪੂਰੀ ਸਾਹਿਬ ਦਾ ਉੱਥੋਂ ਜਿੱਤਣਾ ਜਿਹੜਾ ਉਹ ਬਹੁਤ ਮੁਸ਼ਕਲ ਆ ਕਾਂਗਰਸ ਕਲੀਅਰ ਕੱਟ ਜਿਹੜੀ ਅੰਮ੍ਰਿਤਸਰ ਦੀ ਸੀਟ ਆ ਉਹ ਲਿਜਾ ਰਹੀ ਹੈ ਅਰੁਣ ਜੇਤਲੀ ਵਾਲੀ ਹੋਣੀ ਲੱਗਦਾ ਫਿਰ ਦੇਖੋ ਗੱਲ ਸੀ ਜਦੋਂ ਕੈਪਟਨ ਸਰਦਾਰ ਚਿਹਰਾ ਸੀ ਤਾਂ ਉਦਣ ਤੁਹਾਨੂੰ ਸਰਦਾਰ ਚਿਹਰਾ ਖੜਾ ਕਰਨਾ ਚਾਹੀਦਾ ਸੀ ਉਦਣ ਤੁਸੀਂ ਅਰੁਣ ਜੇਤਲੀ ਨੂੰ ਭੇਜ ਦਿੱਤਾ ਤਾਂ ਸੀਟ ਹਰਾ ਲਈ ਅੱਜ ਤੁਹਾਨੂੰ ਚਾਹੀਦਾ ਸੀ ਤੁਸੀਂ ਜੇ ਮੋਦੀ ਹਿੰਦੂਤਵ ਦੀ ਗੱਲ ਕਰਦਾ ਸੀ ਕੋਈ ਹਿੰਦੂ ਚਿਹਰਾ ਲਿਆਉਂਦੇ ਤੇ ਸਿਟੀ ਦੀ ਸਾਰੀ ਵੋਟ ਜਿਹੜੀ ਸੀ ਉਹ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ ਤੁਸੀਂ ਹਰਦੀਪ ਪੁਰੀ ਨੂੰ ਲਿਆ ਕੇ ਉੱਥੇ ਖੜਾ ਕਰ ਦਿੱਤਾ ਜਿਹਦਾ ਅੰਮ੍ਰਿਤਸਰ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਉੱਥੇ ਅਮਿਤ ਸ਼ਾਹ ਨੂੰ ਇਹ ਕਹਿਣਾ ਪੈ ਰਿਹਾ ਕਿ ਲੋਕ ਕਹਿੰਦਾ ਮੈਂ 543 ਸੀਟਾਂ 'ਤੇ ਗਿਆ ਸਾਰੇ ਕਹਿੰਦੇ ਜੀ ਅਸੀਂ ਐਮ ਪੀ ਜਿਤਾ ਦਿਆਂਗੇ ਪਰ ਇਹਨੂੰ ਮੰਤਰੀ ਜ਼ਰੂਰ ਬਣਾਇਓ ਕਹਿੰਦਾ ਮੈਂ ਤਾਂ ਤੁਹਾਨੂੰ ਬਣਿਆ ਬਣਾਇਆ ਮੰਤਰੀ ਦੇ ਕੇ ਚੱਲਿਆ ਤੁਸੀਂ ਇਹਨੂੰ ਦੂਸਰਾ ਐਮ ਪੀ ਬਣਾ ਦਿਓ ਮਤਲਬ ਮੰਤਰੀ ਦੇ ਕੇ ਚੱਲਿਆ ਐਮ ਪੀ ਬਣਾ ਦਿਓ ਇਹਦੀ ਇਹਦਾ ਇਹ ਸੈਨ ਕਿਹੜੇ ਬੰਨੇ ਨੂੰ ਜਾ ਰਿਹਾ ਸੀ ਕੀ ਹਾਲਾਤ ਸੀ ਉਹਨਾਂ ਦੀ ਉੱਥੋਂ ਤੁਹਾਨੂੰ ਸਾਫ ਝਲਕਦਾ ਉਹ ਸੀਟ ਜਿਹੜੀ ਉਹ ਪਰ ਜਿਸ ਤਰ੍ਹਾਂ ਸਿੱਧੂ ਪਰਿਵਾਰ ਦਾ ਇਹ ਰਵਾਇਤੀ ਇਲਾਕਾ ਹੈ ਨਵਜੋਤ ਸਿੱਧੂ ਜੋੜੇ ਨੇ ਬਹੁਤ ਕੰਮ ਕੀਤਾ ਨਵਜੋਤ ਕੌਰ ਸਿੱਧੂ ਹੁਣ ਸਿੱਧੀ ਉਹ ਕੈਪਟਨ ਸਾਹਿਬ ਨੂੰ ਕਰਾਰੇ ਹੱਥੀ ਲੈਣ ਲੱਗੀ ਹੈ ਉਹਨਾਂ ਦਾ ਕੱਲ੍ਹ ਦਾ ਬਿਆਨ ਹੈ ਕਿ ਜਿਹੜੀ ਪੰਜਾਬ ਕਾਂਗਰਸ ਦੀ ਇੰਚਾਰਜ ਆ ਅਤੇ ਕਪਤਾਨ ਸਾਹਿਬ ਨੇ ਕਹਿ ਕੇ ਮੇਰੀ ਸੀਟ ਘਟਾਈ ਆ ਇਹ ਕਹਿੰਦੇ 13 ਦੀਆਂ 13 ਸੀਟਾਂ ਜਿੱਤਣੀਆਂ ਨੇ ਕਹਿੰਦੀ ਜਿੱਤੋ ਸਾਡੀ ਕੀ ਲੋੜ ਹੈ ਇਹਨਾਂ ਨੂੰ ਉਹਨੇ ਸਿੱਧੀ ਮੁਖਾਲਫਤ ਕਰ ਦਿੱਤੀ ਹੈ ਇਹਨਾਂ ਦੇ ਖਿਲਾਫ਼ ਕਿ ਸਾਡੀ ਸੀਟ ਇਹ ਕਹਿ ਕੇ ਅੰਮ੍ਰਿਤਸਰ ਤੋਂ ਕੱਟੀ ਗਈ ਹੈ ਕਿ ਇਹਨਾਂ ਦੇ ਖਿਲਾਫ਼ ਜਾਂ ਚੰਡੀਗੜ੍ਹੋਂ ਕੱਟੀ ਗਈ ਹੈ ਕਿ ਜਿਹੜਾ ਰਾਮਲੀਲਾ ਮੈਦਾਨ ਦੇ ਵਿੱਚ ਜੋ ਕੁਛ ਹੋਇਆ ਸੀਗਾ ਸੋਰੀ ਦੁਸਹਿਰੇ ਦੇ ਵਕਤ ਦੁਸਹਿਰਾ ਕਾਂਡ ਭਾਰੂ ਪੈ ਰਿਹਾ ਇਹਨਾਂ 'ਤੇ ਕੀ ਜਿਹੜਾ ਨਵਜੋਤ ਜੋੜੇ ਦੀ ਆਪਣੀ ਵੋਟ ਹੈ ਉਹ ਕਾਂਗਰਸ ਦੇ ਨਾਲ ਖੜੇਗੀ ਜਾਂ ਉਹ ਕ੍ਰੋਸ ਕਰੇਗੀ ਬੀਜੇਪੀ ਵੱਲ ਉਹ ਬੀਜੇਪੀ ਵੱਲ ਨਹੀਂ ਜਾਏਗੀ ਦੇਖੋ ਬੀਜੇਪੀ ਵੀ ਉਹਨਾਂ ਦੀ ਦੁਸ਼ਮਣੀ ਆ ਜੀ ਦੂਸਰੀ ਗੱਲ ਆ ਕਿ ਸਿੱਧੂ ਜੋੜੇ ਦੀ ਜਿੱਥੋਂ ਤੱਕ ਦੀ ਗੱਲ ਆ ਸਿੱਧੂ ਜੋੜੇ ਦੀ ਐਂਟਰੀ ਰਾਹੁਲ ਗਾਂਧੀ ਤੇ ਪ੍ਰਿੰਕਾ ਦੇ ਦੁਆਰਾ ਸਿੱਧੀ ਆ ਇਹ ਕਹਿ ਦਿਓ ਕਿ ਉਹਨਾਂ ਦਾ ਡੰਡਾ ਜਿਹੜਾ ਉਹ ਕੈਪਟਨ ਸਾਹਿਬ ਤੋਂ ਜ਼ਿਆਦਾ ਮਜ਼ਬੂਤ ਹੈ ਇਸ ਕਰਕੇ ਉਹਨਾਂ ਨੇ ਉਹ ਬੋਲੀ ਬੋਲਣੀ ਆ ਜੋ ਉਹਨਾਂ ਨੂੰ ਉੱਤੋਂ ਆਦੇਸ਼ ਹੋਏਗਾ ਜਿੱਥੇ ਉਹ ਚੁੱਪ ਕਰਾਉਣਗੇ ਉਹ ਚੁੱਪ ਕਰਨਗੇ ਜੇ ਉਹ ਕਹਿਣਗੇ ਬੋਲੋ ਤਾਂ ਉਹ ਬੋਲਣਗੇ ਠੀਕ ਆ ਰਹੀ ਗੱਲ ਪਾਰਟੀ ਦੀ ਵਿਰੋਧਤਾ ਦੀ ਮੈਨੂੰ ਨਹੀਂ ਲੱਗਦਾ ਕਿ ਸਿੱਧੂ ਜੋੜਾ ਜਿਹੜਾ ਉਹ ਪਾਰਟੀ ਦੀ ਕਿਸੇ ਲੈਵਲ ਤੇ ਵਿਰੋਧਤਾ ਕਰੇਗਾ ਹਾਂ ਸਿੱਧੂ ਜੋੜੇ ਦੀ ਵੁਕਤ ਉਦੋਂ ਪਏਗੀ ਜਿਹੜੀਆਂ ਪੰਜਾਬ 'ਚ 5-6 ਸੀਟਾਂ ਪੂਰੀਆਂ ਫਸੀਆਂ ਪਈਆਂ ਜੇ ਉਹ ਸਾਰੀਆਂ ਅਕਾਲੀ ਦਲ ਬੀਜੇਪੀ ਨੂੰ ਚਲੀਆਂ ਜਾਂਦੀਆਂ ਨੇ ਤਾਂ ਫਿਰ ਸਿੱਧੂ ਜੋੜਾ ਜਿਸ ਤਰ੍ਹਾਂ ਭੱਠਲ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ 2003-04 ਦੇ ਵਿੱਚ ਜਾ ਕੇ ਦਿੱਲੀ ਡੇਰਾ ਲਾ ਕੇ ਬਹਿ ਗਈ ਸੀ ਫਿਰ ਸਿੱਧੂ ਵੀ ਉੱਥੇ ਬੈਠੇਗਾ ਅਤੇ ਸਿੱਧੂ ਦੀ ਸੁਣਵਾਈ ਵੀ ਹੋਏਗੀ ਫਿਰ ਉਹ ਹਾਲਾਤ ਵੀ ਬਣਨਗੇ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਜੇ ਇਹ ਕਹਾਂ ਕਿ ਸਿੱਧੂ ਜੋੜਾ ਕਿਤੇ ਵਿਰੋਧ ਕਰੇਗਾ ਵਿਰੋਧ ਨਹੀਂ ਕਰੇਗਾ ਹਾਂ ਇੰਨਾ ਜ਼ਰੂਰ ਆ ਕਿ ਸਿੱਧੂ ਜੋੜਾ ਜੋ ਹੈ ਉਹ ਜੋ ਦਿੱਲੀ ਦਾ ਆਦੇਸ਼ ਆ ਉਹਨੂੰ ਮੰਨ ਰਿਹਾ ਅਤੇ ਉਹਨਾਂ ਦੇ ਆਦੇਸ਼ ਮੁਤਾਬਕ ਕੀ ਉਹਨਾਂ ਨੇ ਬਠਿੰਡੇ 'ਚ ਆ ਕੇ ਕਰਿਆ ਅਤੇ ਮੈਨੂੰ ਲੱਗਦਾ ਕਿ ਉਹ ਉੱਥੋਂ ਹਰ ਪਰ ਇਸ ਦੌਰਾਨ ਸੁਰਿੰਦਰ ਸਿੰਘ ਜੀ ਜਿਸ ਤਰ੍ਹਾਂ ਉਹ ਕੈਪਟਨ ਕਹਿ ਰਿਹਾ 13 ਦੀਆਂ 13 ਮਿਸ਼ਨ 13 ਜੇ ਮੰਨ ਲਓ 10 ਤੋਂ ਵੀ ਥੱਲੇ ਆ ਗਏ ਤਾਂ ਇਹਦਾ ਮਤਲਬ ਇਹਨਾਂ ਦੀ ਹਾਰ ਕਲੀਅਰ ਹੈ ਕਿਉਂਕਿ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ ਅਤੇ ਕੀ ਨਵਜੋਤ ਸਿੰਘ ਸਿੱਧੂ ਫਿਰ ਪਰਕ ਉਤਰਾਏਗਾ ਕੈਪਟਨ ਦੇ ਦਿੱਲੀ ਮੈਂ ਉਹੀ ਗੱਲ ਪਹਿਲਾਂ ਕਰਕੇ ਹਟਿਆ ਦੇਖੋ ਟਵਾਣਾ ਸਾਹਿਬ ਮੈਂ ਪਹਿਲਾਂ ਕਿਹਾ ਕਿ 5-6 ਸੀਟਾਂ ਫਸੀਆਂ ਹੋਈਆਂ ਪੂਰੀਆਂ ਜਿਹੜੀਆਂ ਫਸੀਆਂ ਸੀਟਾਂ ਹੁੰਦੀਆਂ ਕੀ ਹੁੰਦਾ ਕਿ ਜਦੋਂ ਅਸੀਂ ਅਸੈਂਬਲੀ ਸੈਗਮੈਂਟ ਨੂੰ ਦੇਖਦੇ ਹਾਂ ਜਦੋਂ ਅਸੈਂਬਲੀ ਦੀ ਇਲੈਕਸ਼ਨ ਹੁੰਦੀ ਹੈ ਜਿਹੜੀ 5,000 ਤੋਂ ਘੱਟ ਮਾਰਜਨ 'ਤੇ ਸੀਟ ਹਾਰੀ ਜਾਂ ਜਿੱਤੀ ਜਾਂਦੀ ਆ ਉਹਨੂੰ ਅਸੀਂ
ਨੈਕ ਟੂ ਨੈਕ ਫਾਈਟ ਮੰਨਦੇ ਹਾਂ ਤੇ ਇਹੀ ਕੁਛ ਅਸੀਂ ਪਾਰਲੀਮੈਂਟ 'ਚ ਆ ਜਿਹੜੀ ਸੀਟ 50,000 ਤੋਂ ਉੱਪਰ ਦੀ ਜਿੱਤ ਵਾਲੀ ਆ ਉਹ ਵਨ ਸਾਈਡਡ ਹੋ ਜਾਂਦੀ ਆ ਉਹ ਦੇਖਣ ਲੱਗ ਜਾਂਦੀ ਕਿ ਚਲੀ ਗਈ ਜਿਹੜੀ ਇਸ ਤੋਂ ਘੱਟ ਮਾਰਜਨ ਵਾਲੀ ਆ ਉਹ ਸੀਟ ਦਾ ਅਨੈਲਿਸਿਸ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰੀ ਤਾਂ ਸੀਟਾਂ ਐਸੀਆਂ ਵੀ ਸੀ ਮੈਂ 1985 ਦੀ ਉਦਾਹਰਨ ਦਿਆਂ ਲੁਧਿਆਣੇ ਤੋਂ ਅਕਾਲੀ ਦਲ ਦਾ MP 2 ਵੋਟਾਂ 'ਤੇ ਜਿੱਤਿਆ ਸੀ ਐਸੀਆਂ ਹਾਲਾਤਾਂ ਵੀ ਬਣ ਜਾਂਦੀਆਂ ਨੇ ਇੱਥੇ ਦੂਸਰਾ ਵਿਧਾਨ ਸਭਾ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ 68 ਵੋਟਾਂ ਨਾਲ ਜਿੱਤਿਆ ਸੀਗਾ ਇੱਦਾਂ ਦੀਆਂ ਹਾਲਾਤਾਂ ਵੀ ਕਿਤੇ ਨਾ ਕਿਤੇ ਆ ਕੇ ਬਣਦੀਆਂ ਨੇ ਮਤਲਬ ਇਹ ਸੀਟਾਂ ਦਾ ਫਿਰ ਅਨੈਲਿਸਿਸ ਕਰਨਾ ਔਖਾ ਹੋ ਜਾਂਦਾ ਮੈਂ ਉਹੀ ਵਾਰ ਵਾਰ ਕਹਿ ਰਿਹਾ ਕਿ ਜਿਹੜੀਆਂ ਇਹ 5-6 ਸੀਟਾਂ ਫਸੀਆਂ ਨੇ ਜੇ 5-6 ਅਕਾਲੀ ਦਲ BJP ਵੱਲ ਨੂੰ ਚਲੀਆਂ ਗਈਆਂ ਤੋ 6-7 ਤੇ ਚਲੇ ਗਏ ਤੇ ਫਿਰ ਕੈਪਟਨ ਸਾਹਿਬ ਦੇ ਪਰ ਕੁਤਰੇ ਜਾਣੇ ਜਿਹੜੇ ਆ ਉਹ ਸੁਭਾਵਿਕ ਆ ਉਹ ਦਿਖਾਈ ਦਿੰਦੇ ਆ ਫਿਰ ਉਹਨੂੰ ਲਾਂਭੇ ਕਰਨ ਦਾ ਰਾਹ ਨਿਕਲ ਜੂ ਲੇਕਿਨ ਜਿਹੜਾ 13 ਦਾ ਮਿਸ਼ਨ ਆ ਉਹ ਹਾਲ ਦੀ ਘੜੀ ਮੈਨੂੰ ਕੈਪਟਨ ਦਾ ਦਿਖਾਈ ਨਹੀਂ ਦੇ ਰਿਹਾ ਇਹ ਦੇਖ ਰਿਹਾ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਓਵਰਆਲ ਕਾਂਗਰਸ ਦੇ ਬੋਝੇ 'ਚ ਹੈਗੀਆਂ ਨਹੀਂ ਦੇਖੋ ਉਹਦੇ 'ਚ ਮੈਂ ਜੇ ਸਿੱਧੀਆਂ ਕਹਾਂ ਜਿੱਥੋਂ ਤੱਕ ਬਠਿੰਡਾ ਫਸੀ ਹੋਈ ਆ ਕੁਛ ਵੀ ਹੋ ਸਕਦਾ ਮੈਂ ਵਾਰ ਵਾਰ ਕਹਿ ਰਿਹਾ ਹੋ ਸਕਦਾ ਉਹ ਸੀਟ ਕਾਂਗਰਸ ਨੂੰ ਵੀ ਚਲੀ ਜਾਵੇ ਹੋ ਸਕਦਾ ਉਹ ਅਕਾਲੀ ਦਲ ਵੀ ਲੈ ਜਾਵੇ ਇਹ 23 ਨੂੰ ਪਤਾ ਲੱਗੇਗਾ ਉਸ ਤੋਂ ਪਹਿਲਾਂ ਨਹੀਂ ਪਰ ਹਾਲ ਦੀ ਘੜੀ ਜੇ ਮੈਂ ਇਹ ਕਹਿ ਦਿਆਂ ਕੋਈ ਕਹਿੰਦਾ ਹੈ ਜੈ ਦੇ ਹੱਕ 'ਚ ਕੋਈ ਉਹਦੇ 'ਚ ਪਰ ਮੈਂ ਉਹਦੇ 'ਤੇ ਕਹਿੰਦਾ ਮੈਂ ਕਹਿੰਦਾ ਫਸੀ ਹੋਈ ਸੀਟ ਉਹ ਫਸੀ ਆ ਬਠਿੰਡਾ ਸੰਗਰੂਰ ਫਸੀ ਹੋਈ ਆ ਪੂਰੀ ਦੀ ਪੂਰੀ ਨੈਕ ਟੂ ਨੈਕ ਆ ਔਰ ਸੰਗਰੂਰ ਦੀ ਹਾਲਤ ਇਹ ਆ ਕਿ ਉਹ ਕਾਂਗਰਸ ਦੇ ਹੱਥੋਂ ਨਿਕਲ ਚੁੱਕੀ ਆ ਅਕਾਲੀ ਦਲ ਅਤੇ ਭਗਵੰਤ ਮਾਨ 'ਚ ਫਸੀ ਹੋਈ ਸੀਟ ਆ ਸੰਗਰੂਰ ਜਿਹੜੀ ਆ ਪਟਿਆਲਾ ਦੇ ਵਿੱਚ ਮਹਾਰਾਣੀ ਨੇ ਸੀਟ ਲੈ ਜਾਣੀ ਆ ਪਰ ਗਾਂਧੀ ਨੇ ਉਹਨੂੰ ਪੂਰਾ ਵਕਤ ਪਾਇਆ ਹੋਇਆ ਜੇ ਮਹਾਰਾਣੀ ਕਵੇ ਮੈਂ ਕੀ ਪਟਿਆਲੇ ਦੀ ਕੀ ਸਥਿਤੀ ਹੈ ਅਕਾਲੀ ਦਲ ਕਿੱਥੇ ਖੜਾ ਹੈ ਅਕਾਲੀ ਦਲ ਕਿਹਦੀ ਵੋਟ ਨੂੰ ਖੋਰਾ ਲਾ ਰਿਹਾ ਉਮੀਦਵਾਰ ਤਾਂ ਸਭ ਤੋਂ ਸਟਰੋਂਗ ਹੈ ਹੁਣ ਤੱਕ ਜਿੰਨੇ ਉਮੀਦਵਾਰ ਖੜਾਏ ਨੇ ਅਕਾਲੀਆਂ ਨੇ ਸਮੇਂ ਸਮੇਂ ਇਸ ਵਾਰੀ ਸਭ ਤੋਂ ਸਟਰੋਂਗ ਉਮੀਦਵਾਰ ਖੜਾਇਆ ਸਭ ਤੋਂ ਸਟਰੋਂਗ ਨਹੀਂ ਆ ਧਵਾਣਾ ਸਾਹਿਬ ਮੈਂ ਇਹਦਾ ਇਤਿਹਾਸ ਜਾਣਦਾ ਪਟਿਆਲੇ ਦਾ ਉਹਨਾਂ ਨੂੰ ਕਿੱਦਾਂ ਟਿਕਟ ਦਿੱਤੀ ਗਈ 2017 'ਚ ਫੈਸਲਾ ਹੋ ਗਿਆ ਸੀ ਕਿ ਜ਼ਿਲ੍ਹਾ ਪ੍ਰਧਾਨਗੀ ਤਾਂ ਦੇਣੀ ਆ ਜੇ ਤੂੰ ਪਟਿਆਲਾ ਪਾਰਲੀਮੈਂਟ ਲੜਨੀ ਆ ਉਹ ਤਾਂ ਪਾਰਲੀਮੈਂਟ ਲੜਨ ਲਈ ਤਿਆਰ ਨਹੀਂ ਸੀ ਕਿਉਂਕਿ ਉਹਨਾਂ ਨੂੰ ਆਪਣੀ ਹਾਲਾਤ ਪਤਾ ਸੀ ਇਸ ਕਰਕੇ ਉਹਨਾਂ ਨੂੰ ਧੱਕੇ ਨਾਲ ਟਿਕਟ ਦਿੱਤੀ ਗਈ ਆ ਉਹ ਨੰਬਰ 3 ਚੱਲ ਰਹੇ ਨੇ ਨੰਬਰ 2 ਦੀ ਲੜਾਈ ਜਿਹੜੀ ਆ ਉਹ ਅਤੇ 1 ਦੀ ਜਿਹੜੀ ਉਹ ਮਹਾਰਾਣੀ ਪ੍ਰਨੀਤ ਕੌਰ ਅਤੇ ਡਾਕਟਰ ਧਰਮਵੀਰ ਗਾਂਧੀ ਦੇ ਵਿੱਚ ਆ ਉਹ ਨੰਬਰ 3 ਬੈਠੇ ਨੇ ਉਹ ਕਿਤੇ ਪਿੱਛੇ ਹੀ ਰਹਿਣਗੇ ਜੋ ਮਰਜ਼ੀ ਹੋ ਜਾਵੇ ਇਹਨਾਂ 'ਚੋਂ ਫੈਸਲਾ ਹੋਣਾ ਲੇਕਿਨ ਫੈਸਲਾ ਜਿਹੜੇ ਕੈਪਟਨ ਦੇ ਕੰਮਾਂ ਤੋਂ ਨਿਰਾਸ਼ ਨੇ ਪ੍ਰਨੀਤ ਕੌਰ ਹੋਰਾਂ ਦੇ ਮੈਂ ਪੋਸਟ ਵੇਖ ਰਿਹਾ ਸੀ ਕਿ ਮੇਰਾ ਪਰਿਵਾਰ ਪ੍ਰਨੀਤ ਕੌਰ ਦੇ ਨਾਲ ਮਤਲਬ ਚੀਕਾਂ ਕਢਾਈਆਂ ਪਈਆਂ ਨੇ ਡਾਕਟਰ ਗਾਂਧੀ ਹੋਰਾਂ ਨੇ ਕਾਂਗਰਸੀਆਂ ਦੀਆਂ ਕੀ ਲੱਗਦਾ ਕਿ ਕੈਪਟਨ ਦੇ ਖਿਲਾਫ ਜਾਂ ਉਹਨਾਂ ਦੇ ਕੰਮ ਨਾ ਕਰਨ ਦੇ ਕਾਰਨ ਵੀ ਕਾਂਗਰਸੀ ਨਾਰਾਜ਼ ਹੋ ਕੇ ਹਾਂ ਮੈਂ ਉਸੇ 'ਤੇ ਆ ਰਿਹਾ ਦੇਖੋ ਉਹਨਾਂ ਦੇ ਕੁਛ MLA ਦੇ ਲੋਕ ਬਹੁਤ ਵਿਰੁੱਧ ਨੇ ਕੁਛ ਜਿਹੜੇ ਇਹਨਾਂ ਦੇ ਮਹਾਰਾਣੀ ਦੇ OSD ਆ ਕੈਪਟਨ ਅਮਰਿੰਦਰ ਸਿੰਘ ਦੇ OSD ਆ ਉਹਨਾਂ ਦੇ ਲੋਕ ਬਹੁਤ ਵਿਰੁੱਧ ਨੇ ਕਿ ਪੈਸੇ ਲੈ ਕੇ ਕੰਮ ਹੁੰਦੇ ਨੇ ਲੋ 2 ਸਾਲ 'ਚ ਲੋਕ ਬਹੁਤ ਨਫ਼ਰਤ ਕਰ ਗਏ ਉਹਨਾਂ ਨੂੰ ਇਸ ਦੇ ਬਾਵਜੂਦ ਵੀ ਕਿਉਂਕਿ ਉਹਨਾਂ ਦੀ ਸਰਕਾਰ ਆ ਕੈਪਟਨ ਸਾਹਿਬ ਆਪ ਬੈਠੇ ਆ ਉਹਨਾਂ ਨੇ ਜਿਸ ਤਰੀਕੇ ਨਾਲ ਮਰਜ਼ੀ ਜਿੱਤਣ ਉਹਨਾਂ ਨੇ ਪਟਿਆਲਾ ਜਿੱਤਣਾ ਹੀ ਜਿੱਤਣਾ ਹਾਂ ਜੇ ਬਹੁਤ ਹੀ ਮਾੜੀ ਕਿਸਮ ਤੋਂ ਹੀ ਪਾਸਾ ਹੀ ਪਲਟ ਗਿਆ ਤਾਂ ਕਹਿ ਨਹੀਂ ਸਕਦੇ ਫਿਰ ਗਾਂਧੀ ਸਾਹਿਬ ਲੈ ਜਾਣ ਗਾਂਧੀ ਸਾਹਿਬ ਨੂੰ ਜਿਹੜੀ ਸੈੱਟ ਬੈਕ ਲੱਗ ਰਹੀ ਆ ਉਹ ਇਹ ਲੱਗ ਰਹੀ ਆ ਕਿ ਪਿਛਲੀ ਵਾਰ ਵਾਲਾ ਸਟਰਕਚਰ ਉਹਨਾਂ ਕੋਲ ਨਹੀਂ ਹੈ ਦੂਸਰੀ ਗੱਲ ਉਹਨਾਂ ਕੋਲ ਇਸ ਵਾਰ ਝਾੜੂ ਨਹੀਂ ਹੈ ਜਿਹੜਾ ਝਾੜੂ 30-40-50 ਹਜ਼ਾਰ ਵੋਟ ਲੈ ਗਿਆ ਉਹ ਸਿੱਧਾ ਸਿੱਧਾ ਨੁਕਸਾਨ ਡਾਕਟਰ ਧਰਮਵੀਰ ਗਾਂਧੀ ਦਾ ਹੋਣਾ ਆਪ ਕੈਂਡੀਡੇਟ ਨੀਨਾ ਮਿੱਤਲ ਝਾੜੂ ਵਾਲੇ ਕਿੱਥੇ ਖੜੇ ਨੇ ਪਟਿਆਲਾ 'ਚ ਕਿੰਨੀਆਂ ਕੁ ਵੋਟਾਂ ਤੇ ਮੈਂ ਪਹਿਲਾਂ ਕਿਹਾ 30-40 ਹਜ਼ਾਰ ਮੈਂ ਗੱਲ ਕੀਤੀ ਆ ਵੀ ਉਹ ਜਿਹੜੀ ਵੀ ਲਿਜਾਣ ਆਪ ਦੀ ਸਭ ਤੋਂ ਵਕਾਰੀ ਸੀਟ ਸੰਗਰੂਰ ਵੱਲ ਗੱਲ ਕਰਾਂਗੇ ਇੱਕ ਵਕਫਾ ਲੈਣੇ ਵਕਫੇ ਤੋਂ ਬਾਅਦ ਸੁਰਿੰਦਰ ਸਿੰਘ ਜੀ ਫਿਰ ਸਤਿਕਾਰਤ ਦਰਸ਼ਕਾਂ ਨਾਲ ਸਾਂਝ ਪਾਵਾਂਗੇ ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਵਾਣਾ ਵੱਲੋਂ ਸਵਾਗਤ ਅਤੇ ਨਾਲ ਸਵਾਗਤ ਕਰਦੇ ਹਾਂ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਜੀ ਆਪ ਦੇ ਇੱਕ ਵਾਰ ਫਿਰ ਤੋਂ ਸਵਾਗਤ ਅਤੇ ਆਪਣੀ ਗੱਲਬਾਤ ਚੱਲ ਰਹੀ ਸੀ ਵਕਫੇ 'ਤੇ ਜਾਣ ਤੋਂ ਪਹਿਲਾਂ ਸੰਗਰੂਰ ਸੀਟ 'ਤੇ ਸੰਖੇਪ 'ਚ ਕੀ ਸਥਿਤੀ ਹੈ ਭਗਵੰਤ ਮਾਨ ਹੋਰਾਂ ਪ੍ਰਤੀ ਲੱਗਦਾ ਕਾਫੀ ਕੇਜਰੀਵਾਲ ਦਾ ਵੀ ਵਿਰੋਧ ਹੋ ਰਿਹਾ ਪਰ ਭਗਵੰਤ ਮਾਨ ਦਾ ਲੋਕ ਵਿਰੋਧ ਕਰਦੇ ਨੇ ਉਹ ਭੰਗੜੇ ਪਾਉਣ ਲੱਗ ਪੈਂਦਾ ਇੱਕ ਗੱਲ 'ਤੇ ਆ ਰਿਹਾ ਮੈਂ ਸ਼ੁਰੂ 'ਚ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ 'ਚ ਸਾਰੀ ਜਗ੍ਹਾ ਜਮਾਨਤਾਂ ਜ਼ਬਤ ਹੋਣਗੀਆਂ ਬਾਕੀ ਜਗ੍ਹਾ ਤਾਂ ਵਾਕਈ ਜ਼ਬਤ ਹੋਣਗੀਆਂ ਮਤਲਬ 12 ਦੀਆਂ 12 ਸੀਟਾਂ 'ਤੇ ਉੱਥੇ ਤਾਂ ਨਹੀਂ ਇਹਨਾਂ ਦਾ ਕੋਈ ਕੈਂਡੀਡੇਟ ਲੱਭੇਗਾ ਲੇਕਿਨ ਭਗਵੰਤ ਮਾਨ ਨੇ ਜਿਹੜੇ ਤਰੀਕੇ ਦੇ ਨਾਲ ਲੜਾਈ ਦਿੱਤੀ ਆ ਉਹਦੇ ਤੋਂ ਮੈਂ ਖੁਦ ਹੈਰਾਨ ਹਾਂ ਉਹਦੇ 'ਚ ਕੁਛ ਕਾਂਗਰਸ ਦੀ ਨਲਾਇਕੀ ਕਹਿ ਦਾਂਗਾ ਕਾਂਗਰਸ ਕੈਂਡੀਡੇਟ ਦੀ ਵੀ ਕਮਜ਼ੋਰੀ ਹੈ ਨਾ ਬੀਬੀ ਭੱਠਲ ਖੁਦ ਨਹੀਂ ਸਪੋਰਟ ਕਰ ਰਹੇ ਕਾਂਗਰਸ ਨੂੰ ਮੈਂ ਜੇ ਜੋ ਫਿਰੋਜ਼ਪੁਰ ਦੀ ਹਾਲਤ ਕਾਂਗਰਸ ਦੀ ਆ ਇੱਥੇ ਵੀ ਕਾਂਗਰਸ ਦੀ ਪਾੜੋ ਤਾੜਾ 3 ਵੱਡੇ ਲੀਡਰ ਜਿਹੜੇ ਆ ਉਹ ਅੰਦਰ ਖਾਤੇ ਬੜੀ ਵੱਡੀ ਵਿਰੋਧਤਾ ਕਰ ਰਹੇ ਨੇ ਉਹਦਾ ਕਰਕੇ
ਮਤਲਬ ਜੇ ਮੈਂ ਕਹਾਂ ਕਿ ਇਹ ਸੀਟ ਉਹ ਸੀ ਜਿਹੜੀ ਕਿ ਕੇਵਲ ਸਿੰਘ ਢਿੱਲੋਂ ਨੂੰ ਨਹੀਂ ਦਿੱਤੀ ਜਾ ਰਹੀ ਸੀ, ਕੈਪਟਨ ਸਾਹਿਬ ਇਹ ਕਹਿ ਕੇ ਲਿਆਏ ਸੀ ਕਿ ਮੈਂ ਸੀਟ ਜਿਤਾ ਕੇ ਲਿਆਵਾਂਗਾ, ਪਰ ਅੱਜ ਜੋ ਹਾਲਾਤ ਬਣ ਗਏ ਨੇ ਕੇਵਲ ਢਿੱਲੋਂ ਨੰਬਰ 3 ਤੇ ਬੈਠਾ, ਮੈਨੂੰ ਨਹੀਂ ਸਮਝ ਆਉਂਦੀ ਕਿ ਉਹਨੂੰ ਕੈਪਟਨ ਸਾਹਿਬ ਕਿਹੜੇ ਤਰੀਕੇ ਨਾਲ ਜਿਤਾਉਣਗੇ। ਸੀਟ ਦਾ ਜਿਹੜਾ ਫੈਸਲਾ ਉਹ ਤਕਰੀਬਨ ਮੇਰੇ ਹਿਸਾਬ ਨਾਲ ਨੰਬਰ 1 ਤੇ ਭਗਵੰਤ ਮਾਨ ਆ, ਨੰਬਰ 2 ਤੇ ਪਰਮਿੰਦਰ ਢੀਂਡਸਾ। ਉਹਦਾ ਰੀਜ਼ਨ ਕੀ ਹੈ, ਜੇ ਪਰਮਿੰਦਰ ਢੀਂਡਸੇ ਨੂੰ ਆਪਣੇ ਮਲੇਰਕੋਟਲੇ ਤੋਂ ਵੱਡੀ ਮਾਰ ਨਾ ਪਵੇ ਤਾਂ ਪਰਮਿੰਦਰ ਢੀਂਡਸਾ ਸੀਟ ਕੱਢਦਾ, ਪਰ ਮੇਰੇ ਹਿਸਾਬ ਨਾਲ ਪਰਮਿੰਦਰ ਢੀਂਡਸੇ ਨੂੰ ਉੱਥੋਂ ਬੀਜੇਪੀ ਦੇ ਅਲਾਇੰਸ ਪਾਰਟਨਰ ਹੋਣ ਕਰਕੇ ਮਲੇਰਕੋਟਲੇ ਤੋਂ ਬਹੁਤ ਵੱਡੀ ਮਾਰ ਪੈ ਰਹੀ ਆ। 80% ਵੋਟ ਜਿਹੜੀ ਆ ਉਹ ਸਿੱਧੀ ਸਿੱਧੀ ਭਗਵੰਤ ਮਾਨ ਨੂੰ ਜਾ ਰਹੀ ਆ, 20% ਜਿਹੜੀ ਆ ਉਹ ਬਾਕੀ ਦੇ ਕੈਂਡੀਡੇਟਾਂ 'ਚ ਵੰਡੀ ਜਾ ਰਹੀ ਆ। ਉਹਦਾ ਹੀ ਭਗਵੰਤ ਮਾਨ ਨੂੰ ਬੈਨੀਫਿਟ ਆ, ਉਸੇ ਦੇ ਸਿਰ 'ਤੇ ਭਗਵੰਤ ਮਾਨ। ਫਤਿਹਗੜ੍ਹ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਜਿਹੜੀਆਂ ਸਿੱਖ ਸੈਂਟੀਮੈਂਟਸ ਨਾਲ ਜੁੜੇ ਹੋਏ ਖਿੱਤੇ ਨੇ, ਕੀ ਲੱਗਦਾ ਇਹਨਾਂ ਦੋਨਾਂ ਸੀਟਾਂ 'ਤੇ ਕੀ ਸੀਨ ਸਨੈਰੀਓ? ਸਨੈਰੀਓ ਇੱਦਾਂ ਕਿ ਟਵਾਣਾ ਸਾਹਿਬ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਚੰਦੂ ਮਾਜਰਾ ਸਾਹਿਬ ਸਿਟਿੰਗ MP ਸੀ, ਉਹ ਕਾਫੀ ਕੁਛ ਲੋਕਾਂ ਨੂੰ ਲੱਗਦਾ ਸੀ ਕਿ ਫਾਈਟ ਦੇਣਗੇ, ਮੈਂ ਇਹਦੇ ਨਾਲ ਸਹਿਮਤ ਸੀ। ਫਾਈਟ ਉਹ ਬਹੁਤ ਤਕੜੀ ਦਿੰਦੇ ਜਿਹੜੀ ਮਰਜ਼ੀ ਸੀਟ 'ਤੇ ਚੱਲ ਜਾਣ, ਪਰ ਉਹ ਇੱਕ ਹਲਕੇ ਨੂੰ ਛੱਡ ਕੇ ਬਾਕੀ 'ਚ ਬੁਰੀ ਤਰ੍ਹਾਂ ਨਾਲ ਪਛੜ ਚੁੱਕੇ ਆ। ਔਰ ਜੇ ਮੈਂ ਇਹ ਕਹਾਂ ਕਿ 80,000 ਤੋਂ ਲੈ ਕੇ 1,00,000 ਦੀ ਲੀਡ ਕਾਂਗਰਸ ਕੱਲੀ ਮੋਹਾਲੀ 'ਚੋਂ ਲੈ ਕੇ ਨਿਕਲੇਗੀ, ਔਰ ਜਿਹੜੀ ਮੋਹਾਲੀ 'ਚੋਂ ਲੀਡ ਲੈ ਕੇ ਨਿਕਲੇਗੀ ਉਹ ਅੱਗੇ ਟੁੱਟਣੀ ਨਹੀਂ ਹੈ। ਔਰ ਉਹਦੇ ਲੀਡ ਦਾ ਰੀਜ਼ਨ ਹੈ ਚੰਦੂ ਮਾਜਰਾ ਸਾਹਿਬ, ਅਤੇ ਉਹਦੇ ਇਰਦ ਗਿਰਦ ਚਾਹੇ ਉਹਦੇ ਕਰੀਬੀ ਰਿਸ਼ਤੇਦਾਰ ਆ ਜਿਨ੍ਹਾਂ ਨੇ ਪਲਾਟਾਂ ਦੇ ਕਬਜ਼ੇ ਜਾਂ ਹੋਰ ਜੋ ਕੁਛ ਸੀ ਉਹਦਾ ਬਦੌਲਤ ਜੋ ਉਹਨਾਂ ਦਾ ਹਸ਼ਰ ਹੋ ਰਿਹਾ। ਸਭ ਤੋਂ ਵੱਡੀ ਸੈੱਟ ਬੈਕ ਉਹਨਾਂ ਨੂੰ ਮੋਹਾਲੀ 'ਚ ਲੱਗ ਰਹੀ ਆ, ਜਿੱਥੇ ਉਹਨਾਂ ਦੀ ਰਹਿਸ਼ ਆ ਉੱਥੋਂ ਪਈ ਸੈੱਟ ਬੈਕ ਜਿਹੜੀ ਆ ਉਹ ਜਾ ਕੇ ਨਵੇਂ ਸ਼ਹਿਰ ਤੱਕ ਅਤੇ ਬੰਗੇ ਤੱਕ ਕਿਤੇ ਵੀ ਰੁਕਣੀ ਨਹੀਂ ਹੈ। ਫਤਿਹਗੜ੍ਹ ਸਾਹਿਬ 'ਚੋਂ ਡਾਕਟਰ ਅਮਰ ਸਿੰਘ ਆਜ਼ਾਦ ਸਾਬਕਾ ਬਿਊਰੋਕਰੇਟ ਨੇ, ਕਾਂਗਰਸ ਦੇ ਆਗੂ ਨੇ, ਲੀਡ ਕਰ ਰਹੇ ਨੇ, ਕੀ ਸਥਿਤੀ ਹੈ? ਫਤਿਹਗੜ੍ਹ ਸਾਹਿਬ ਜਿਹੜੇ ਡਾਕਟਰ ਅਮਰ ਸਿੰਘ ਨੇ ਸਾਬਕਾ IAS ਅਫਸਰ, ਠੀਕ ਹੈ ਜੀ, ਔਰ ਦਰਬਾਰਾ ਸਿੰਘ ਗੁਰੂ ਵੀ IAS ਨੇ, ਨਕੋਦਰ ਕਾਂਡ ਉਹਨਾਂ ਦੇ ਪੇਸ਼ ਪੈ ਰਿਹਾ। ਮੈਂ ਉਸੇ ਤੇ ਆ ਰਿਹਾ, ਦਰਬਾਰਾ ਸਿੰਘ ਗੁਰੂ ਦੀ ਮਾੜੀ ਕਿਸਮਤ ਕਹਾਂਗਾ ਕਿ ਤੀਸਰੀ ਇਲੈਕਸ਼ਨ ਆ ਜਿਹਨੂੰ ਹਾਰਨ ਜਾ ਰਹੇ ਆ, ਇਹ ਬੜੀ ਵੱਡੀ ਸੈੱਟ ਬੈਕ ਆ। ਉਹ ਵਿਆਹ 'ਤੇ ਕਿਹਦੇ ਬੈਠੇ ਨੇ? ਉਹ ਬੈਠੇ ਨੇ ਕਿ ਮੋਦੀ ਸਾਹਿਬ ਦਾ ਨਾਰਾ, ਅਤੇ ਮੋਦੀ ਸਾਹਿਬ ਦੇ ਨਾਰੇ ਦੇ ਬੇਸ 'ਤੇ ਹਿੰਦੂ ਵੋਟ ਸਾਨੂੰ ਪੈ ਜਾਏਗੀ ਅਤੇ ਅਸੀਂ ਜਿੱਤ ਜਾਵਾਂਗੇ, ਜਿਹੜੀ ਕਿ ਮੈਨੂੰ ਕਨਵਰਟ। ਇੱਥੇ ਹਿੰਦੂ ਵੋਟ ਆਲਰੇਡੀ ਘੱਟ ਆ, ਸਿੱਖ ਵੋਟ ਜ਼ਿਆਦਾ, ਉਹ ਸਿਰਫ ਖੰਨੇ ਦੇ ਸਿਰ 80% ਵੋਟ ਸਿੱਖ ਵੋਟ, ਖੰਨੇ ਦੇ ਅਤੇ ਗੋਬਿੰਦਗੜ੍ਹ ਦੇ ਸਿਰ 'ਤੇ ਬੈਠੇ ਆ, ਜਿਹੜੀ ਕਿ ਮੈਨੂੰ ਪੈਂਦੀ ਨਹੀਂ ਦਿਖ ਰਹੀ। ਇਸੇ ਕਰਕੇ ਹੀ ਡਾਕਟਰ ਅਮਰ ਸਿੰਘ ਜਿਹੜੇ ਨੇ ਉਹ ਕਿਸੇ ਨਾ ਕਿਸੇ ਗੱਠਜੋੜ ਵਾਲੇ, ਮਨਜਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਨੇ ਹੋਂਦ ਚੱਲੜ ਕਾਂਡ ਸਾਹਮਣੇ ਲਿਆਂਦਾ ਸੀ, ਉਹ ਵੀ ਕਾਫੀ ਸਟਰੋਂਗ ਚੱਲ ਰਹੇ ਨੇ, ਮਤਲਬ ਤੀਸਰੇ ਨੰਬਰ 'ਤੇ ਤਾਂ ਆਪ ਨਾਲੋਂ, ਚਲੋ ਤੀਜੇ ਤੇ ਦੂਲੋਂ ਪਰਿਵਾਰ ਨੂੰ ਤਾਂ ਪਿੱਛੇ ਛੱਡ ਗਏ। ਮੈਂ ਉਹਦੇ 'ਤੇ ਇੱਕੋ ਟਵਾਣਾ ਸਾਹਿਬ ਜੀ, ਜਿੱਥੋਂ ਤੱਕ ਮੈਂ ਗੱਲ ਕਰਾਂਗਾ ਪਟਿਆਲਾ, ਸੰਗਰੂਰ, ਅਤੇ ਇੱਕ ਸੀਟ ਮੈਂ ਲੁਧਿਆਣਾ, ਅਤੇ ਇੱਕ ਸੀਟ ਖਡੂਰ ਸਾਹਿਬ, ਇਹ ਚਾਰ ਸੀਟਾਂ ਦੇ ਉੱਤੇ ਪਟਿਆਲੇ ਤੋਂ PDA ਵੱਲੋਂ ਡਾਕਟਰ ਗਾਂਧੀ ਹੋ ਗਏ, ਸੁਖਪਾਲ ਖਹਿਰਾ ਹੋ ਗਏ ਬਠਿੰਡੇ, ਸੁਖਪਾਲ ਖਹਿਰਾ ਦੀ ਜ਼ਮਾਨਤ ਨਹੀਂ ਬਚੇਗੀ, ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ, ਭਗਵੰਤ ਮਾਨ, ਅਤੇ ਉੱਧਰੋਂ ਸਿਮਰਜੀਤ ਬੈਂਸ ਲੁਧਿਆਣੇ ਤੋਂ, ਅਤੇ ਉੱਧਰ ਬੀਬੀ ਖਾਲੜਾ, ਇਹ ਜਿਹੜੇ ਆ ਇਹ ਆਪੋ ਆਪਣੇ ਵਜੂਦ ਬਚਾਉਣ 'ਚ ਕਾਮਯਾਬ ਹੋਣਗੇ। ਮੈਂ ਇਹ ਨਹੀਂ ਕਹਿੰਦਾ ਕਿ ਜਿੱਤ ਜਾਣਗੇ, ਲੇਕਿਨ ਜ਼ਮਾਨਤ ਬਚਾ ਜਾਣੀ ਵੀ ਆਪਣਾ ਵਜੂਦ ਜਿਹੜਾ ਉਹ ਬਚਾ ਜਾਣਾ ਹੁੰਦਾ, ਸਿਆਸੀ ਤੌਰ 'ਤੇ ਸਟਰੋਂਗ ਹੋ ਕੇ ਨਿਕਲਣਗੇ। ਬਾਕੀ ਕਿਸੇ ਦੀ ਜ਼ਮਾਨਤ ਬਚਦੀ ਮੈਨੂੰ, ਚਾਹੇ ਉਹ PDA ਦਾ ਕੈਂਡੀਡੇਟ ਆ, ਚਾਹੇ ਉਹ ਆਮ ਆਦਮੀ ਪਾਰਟੀ ਦਾ, ਚਾਹੇ ਉਹ ਟਕਸਾਲੀ ਆ, ਚਾਹੇ ਉਹ ਬਰਗਾੜੀ ਵਾਲਿਆਂ ਦਾ ਸਿਮਰਨਜੀਤ ਸਿੰਘ ਮਾਨ ਆ। ਮੈਨੂੰ ਖਡੂਰ ਸਾਹਿਬ ਸੀਟ ਸੈਂਟੀਮੈਂਟਸ ਤਾਂ ਬਹੁਤ ਜੁੜੇ ਨੇ ਬੀਬੀ ਖਾਲੜਾ ਦੇ ਨਾਲ, ਮੇਰੇ ਖਿਆਲ ਜਿਹੜਾ ਨੇ ਡਿੰਪਾ ਲੀਡ ਕਰ ਰਹੇ ਆ। ਹਾਂ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਉੱਥੇ ਦੇਖੋ 2-3 ਮਾਰਾਂ ਪੈ ਗਈਆਂ, ਪਹਿਲੀ ਗੱਲ ਤਾਂ ਟਕਸਾਲੀ ਵੀ ਦਿਲੋਂ ਸਪੋਰਟ ਨਹੀਂ ਕਰ ਰਹੇ, ਖਾਲੜਾ ਅਕਾਲੀ ਦਲ ਦੇ ਹਿਊਮਨ ਰਾਈਟਸ ਦਾ ਚੇਅਰਮੈਨ ਸੀ, ਅਕਾਲੀਆਂ ਨੇ ਉਹਦੀ ਸਾਰ ਨਹੀਂ ਲਈ। ਉਸ ਬੰਦੇ ਨੇ ਜਿਹੜਾ ਕੰਮ ਕੀਤਾ ਸੀ ਉਹ ਉਸ ਵਕਤ ਸ਼ਾਇਦ ਕੋਈ ਸਿਰ ਨਹੀਂ ਸੀ ਚੱਕ ਸਕਦਾ ਜਦੋਂ ਉਸ ਬੰਦੇ ਨੇ ਚੱਕਿਆ, ਅਤੇ ਉਹਦੇ ਬਾਅਦ ਉਹ ਵਿਚਾਰਾ ਜਦੋਂ ਫੋਰਨ ਦੀ ਧਰਤੀ ਤੋਂ ਵਾਪਸ ਆਇਆ, ਵਾਪਸ ਆ ਕੇ ਫਿਰ ਉਹੀ ਕਾਜ ਉਹਨੇ ਆਰੰਭਿਆ, ਉਹ ਇੰਟਰਨੈਸ਼ਨਲ ਲੈਵਲ ਤੱਕ ਉਸ ਪੂਰੇ ਦੇ ਪੂਰੇ ਮੁੱਦੇ ਨੂੰ ਲੈ ਕੇ ਗਿਆ ਸੀ। ਲੇਕਿਨ ਅੱਜ ਮਾੜੀ ਕਿਸਮਤ ਇਹ ਕਹਿਣਾ ਪੈ ਰਿਹਾ ਕਿ ਸਿੱਖਾਂ ਦੀ ਬਦਕਿਸਮਤੀ ਕਿ ਉਹਦੇ ਘਰ ਵਾਲੀ ਉੱਥੋਂ ਇਲੈਕਸ਼ਨ ਲੜ ਰਹੀ ਹੋਵੇ, ਅਤੇ ਟਕਸਾਲੀਆਂ ਨੇ
ਚਾਹੇ ਕਿ ਉਹਨੂੰ ਸਪੋਰਟ ਦੇਤੀ ਆ ਪਰ ਅੰਦਰ ਖਾਤੇ ਉਹਦੀ ਸਪੋਰਟ ਜਿਹੜੀ ਉਹ ਟਕਸਾਲ ਨੇ ਵੀ ਸਪੋਰਟ ਨਹੀਂ ਕੀਤੀ ਜਿਹੜੇ ਟਕਸਾਲ ਦਮਦਮੀ ਟਕਸਾਲ ਨਹੀਂ ਦਮਦਮੀ ਟਕਸਾਲ ਨੂੰ ਛੱਡੋ ਟਕਸਾਲੀ ਅਕਾਲੀਆਂ ਦੀ ਟਕਸਾਲੀ ਅਕਾਲੀਆਂ ਨੇ ਉੱਪਰੋਂ ਕੀਤੀ ਆ ਲੇਕਿਨ ਟਕਸਾਲੀ ਅਕਾਲੀਆਂ ਦਾ ਜਿੰਨਾ ਉਸ ਕੰਸਟੀਚੁਐਂਸੀ ਪੂਰੀ ਖਡੂਰ ਸਾਹਿਬ 'ਚ ਹੋਲਡ ਆ ਉਹ ਵੋਟ ਸਾਰੀ ਦੀ ਸਾਰੀ ਜਿਹੜੀ ਆ ਉਹ ਕਾਂਗਰਸ ਨੂੰ ਬੈਂਸ ਬ੍ਰਦਰ ਦਾ ਜਾਂ ਜਲੰਧਰ ਦਾ ਕੀ ਸੀਨ ਸਿਨੈਰੀਓ ਫਰੀਦਕੋਟ ਆਉਂਦਾ ਰਹੇਗਾ ਮੈਂ ਉਹਦੇ 'ਤੇ ਆਉਣ ਲੱਗਾ ਦੇਖੋ ਲੁਧਿਆਣਾ ਸੀਟ ਜਿਹੜੀ ਆ ਇੱਥੇ 17 ਤਰੀਕ ਦੀ ਰੈਲੀ ਰੱਖੀ ਗਈ ਆ ਨਰਿੰਦਰ ਮੋਦੀ ਦੀ ਕਿਉਂਕਿ ਸੈਂਟਰ ਪੈਂਦਾ ਇਸ ਮਹੇਸ਼ਿੰਦਰ ਗਰੇਵਾਲ ਮਹੇਸ਼ਿੰਦਰ ਗਰੇਵਾਲ ਇੰਨਾ ਪਿੱਛੇ ਆ ਕਿ ਉਹਦਾ ਜਿੱਤ ਸਕਣਾ ਬਹੁਤ ਮੁਸ਼ਕਲ ਆ ਸੀਟ ਕਲੀਅਰ ਕੱਟ ਜਿਹੜੀ ਆ ਉਹ ਕਾਂਗਰਸ ਨੂੰ ਜਾ ਚੁੱਕੀ ਆ ਰਵਨੀਤ ਬਿੱਟੂ ਸੈਕਿੰਡ ਨੰਬਰ ਬੈਂਸ ਪਤਾ ਨਹੀਂ ਉਹ ਬੈਂਸ ਆ ਜਾਏ ਜਾਂ ਆਪਣਾ ਮਹੇਸ਼ਿੰਦਰ ਗਰੇਵਾਲ ਆ ਜਾਏ ਕੋਈ ਵੀ ਆ ਸਕਦਾ ਵਾ ਲੇਕਿਨ ਕਲੀਅਰ ਕੱਟ ਆ ਕਿ ਸੀਟ ਜਿਹੜੀ ਆ ਉਹ ਬਾਬੇ ਫਰੀਦ ਦੇ ਸ਼ਹਿਰ ਦੀ ਗੱਲ ਕਰੀਏ ਫਰੀਦਕੋਟ ਦੀ ਫਰੀਦ ਦੇ ਸ਼ਹਿਰ ਦੀ ਜਿੱਥੋਂ ਤੱਕ ਗੱਲ ਆ ਉੱਥੇ ਪੀ ਡੀ ਏ ਦਾ ਕੈਂਡੀਡੇਟ ਵੀ ਪੂਰੀ ਤਰ੍ਹਾਂ ਫਲੋਪ ਹੋਇਆ ਉੱਥੇ ਆਮ ਆਦਮੀ ਪਾਰਟੀ ਦਾ ਵੀ ਕੈਂਡੀਡੇਟ ਫਲੋਪ ਹੋਇਆ ਤੇ ਅਕਾਲੀ ਦਲ ਦਾ ਕੈਂਡੀਡੇਟ ਵੀ ਫਲੋਪ ਹੋ ਗਿਆ ਗੁਲਜ਼ਾਰ ਸਿੰਘ ਰਾਣੀ ਬਿਲਕੁਲ ਤੇ ਸੀਟ ਜਾ ਰਹੀ ਆ ਸ਼ਾਇਦ ਮੈਨੂੰ ਲੱਗਦਾ ਪਹਿਲਾਂ ਤੂੰਬੀ ਤੇ ਗੀਤ ਜਿਹੜੇ ਪੰਜਾਬ ਵਿਧਾਨ ਸਭਾ 'ਚ 5 ਸਾਲ ਵੱਜੇ ਸੀ ਤੇ ਹੁਣ 5 ਸਾਲ ਜੇ ਕਿਤੇ ਸਥਿਰ ਸਰਕਾਰ ਦਿੱਲੀ 'ਚ ਆ ਗਈ ਤੇ 5 ਸਾਲ ਜਿਹੜੇ ਉਹ ਪਾਰਲੀਮੈਂਟ 'ਚ ਵੱਜਣਗੇ ਇਹ ਵੀ ਇੱਕ ਇਤਿਹਾਸ ਹੋਏਗਾ ਪਹਿਲਾਂ ਇੱਕ ਵਾਰੀ ਬਠਿੰਡੇ ਤੋਂ ਸੰਤ ਫਤਿਹ ਸਿੰਘ ਦਾ ਡਰਾਈਵਰ ਜਿਹੜਾ ਸਪੀਕਰ ਸਿੰਘ ਅਨਪੜ੍ਹ ਗਿਆ ਸੀ ਤੇ ਉਹ ਵਿਚਾਰਾ ਅੰਗੂਠਾ ਲਾ ਕੇ ਆਪਦੀ ਤਨਖਾਹ ਲੈਂਦਾ ਹੁੰਦਾ ਸੀ ਤੇ ਹੁਣ ਫਿਰ ਉਹਦੀ ਜਗ੍ਹਾ ਤੇ ਮਾਮਾ ਸਦੀਕ ਜਾਏਗਾ ਇਹ ਵੀ ਸ਼ਾਇਦ ਹੁਸ਼ਿਆਰਪੁਰ ਜੀ ਕਾਫੀ ਹੁਸ਼ਿਆਰ ਨੇ ਵਿੱਚ ਪੜ੍ਹਾਈ ਹੁਸ਼ਿਆਰਪੁਰ ਜੀ ਮੋਹਰੀ ਨੇ ਪਰ ਸਿਆਸਤ 'ਚ ਹੁਸ਼ਿਆਰਪੁਰ ਜੀ ਨੂੰ ਕੌਣ ਜਿੱਤਦਾ ਮਾਨ ਉਹਨਾਂ ਦਾ ਨਹੀਂ ਮੈਂ ਦੋਨਾਂ ਸੀਟਾਂ 'ਤੇ ਆਊਂਗਾ ਹੁਸ਼ਿਆਰਪੁਰ ਵੀ ਆਊਂਗਾ ਅਤੇ ਜਲੰਧਰ ਵੀ ਰਹਿ ਗਿਆ ਦੋਨਾਂ 'ਤੇ ਆਵਾਂਗਾ ਹੁਸ਼ਿਆਰਪੁਰ ਕੀ ਆ ਕਿ ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਨੇ ਜਿਹੜਾ ਕੈਂਡੀਡੇਟ ਖੜਾ ਕੀਤਾ ਜੀ ਉਹ ਕੈਂਡੀਡੇਟ ਦਾ ਇਮੇਜ ਹੈ ਲੇਕਿਨ ਉਹਨੂੰ ਮਾਰ ਕਿੱਥੋਂ ਪੈਣੀ ਹੈ ਕਿ ਜਿਹੜਾ ਉੱਥੇ ਪਹਿਲਾਂ ਸਿਟਿੰਗ ਐਮ ਪੀ ਸੀ ਬੀਜੇਪੀ ਦਾ ਅਤੇ ਸੈਂਟਰ 'ਚ ਮਿਨਿਸਟਰ ਸੀ ਵਿਜੇ ਸਾਪਲਾ ਉਹ ਵਿਜੇ ਸਾਪਲਾ ਉਹਦੀਆਂ ਜੜ੍ਹਾਂ ਕੱਟ ਰਿਹਾ ਫਿਰ ਬੀਜੇਪੀ ਨੇ ਆਸ ਰੱਖੀ ਸੀ ਕਿ ਇੱਕ ਵੱਡਾ ਅਸੀਂ ਉਮੀਦਵਾਰ ਵੱਡੇ ਕੱਦ ਵਾਲਾ ਜਿਹੜਾ ਉਹ ਗੁਰਦਾਸਪੁਰ ਲਿਆ ਕੇ ਖੜਾ ਕਰੀਏ ਤਾਂ ਕਿ ਗੁਰਦਾਸਪੁਰ ਤੋਂ ਸਾਡੀ ਲੀਡ ਬਣੇ ਤੇ ਜੇ ਉੱਥੋਂ ਲੀਡ ਬਣੇਗੀ ਤੇ ਨਾਲ ਲੱਗਦੀ ਅਸੀਂ ਹੁਸ਼ਿਆਰਪੁਰ ਜਿੱਤ ਜਾਵਾਂਗੇ ਉਹ ਇਸ ਆਸ ਤੇ ਬੈਠੇ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹੁਸ਼ਿਆਰਪੁਰ ਸੀਟ ਆ ਉਹ ਗੁਰਦਾਸਪੁਰ ਦੇ ਨਾਲ ਲੱਗ ਕੇ ਜਿਹੜੀ ਆ ਬੀਜੇਪੀ ਦੀ ਝੋਲੀ ਜਾਵੇ ਕਿਤੇ ਇਹ ਨਾ ਹੋਵੇ ਕਿ ਬੀਜੇਪੀ ਦੀ ਝੋਲੀ ਇਸ ਵਾਰ ਪੰਜਾਬ ਤੋਂ ਬਿਲਕੁਲ ਹੀ ਖਾਲੀ ਹੋ ਕੇ ਚਲੀ ਜਾਵੇ ਇਹ ਵੀ ਹਾਲਾਤ ਜਿਹੜੇ ਉਹ ਬਣ ਸਕਦੇ ਆ ਜਲੰਧਰ 'ਚ ਦਲਿਤ ਵੋਟ ਵੀ ਕਾਫੀ ਹੈ ਜਲੰਧਰ ਕੀ ਸਥਿਤੀ ਰਹੇਗੀ ਟਵਾਣਾ ਸਾਹਿਬ ਜਿੱਥੋਂ ਤੱਕ ਜਲੰਧਰ ਦਾ ਸਵਾਲ ਆ ਜਲੰਧਰ 'ਚ ਐਕਚੁਅਲੀ ਕੀ ਆ ਕਿ ਰਾਮਦਾਸੀਆ ਵੋਟ ਬਹੁਤ ਜ਼ਿਆਦਾ ਆ ਰਾਮਦਾਸੀਆ ਤੋਂ ਬਾਅਦ ਇੱਕ ਮਜ਼੍ਹਬੀ ਸਿੰਘ ਨੇ ਜਿਹੜੇ ਅੰਮ੍ਰਿਤਧਾਰੀ ਹੋ ਗਏ ਉਹ ਮਜ਼੍ਹਬੀ ਸਿੱਖ ਹੋ ਗਏ ਜਿਹੜੇ ਸਿੱਖਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਮਜ਼੍ਹਬੀਆਂ ਨੇ ਉਹ ਜਿਹੜੇ ਸੀਗੇ ਦੂਸਰਾ ਉਹ ਆਦਿ ਧਰਮੀਆਂ 'ਚ ਰਹਿ ਗਏ ਇਸ ਕਰਕੇ ਅਕਾਲੀ ਦਲ ਨੇ ਉੱਥੇ ਪੱਤਾ ਖੇਡਿਆ ਅਕਾਲੀ ਦਲ ਨੇ ਉੱਥੇ ਮਜ਼੍ਹਬੀ ਸਿੱਖ ਖੜਾ ਕੀਤਾ ਹੁਣ ਮਜ਼੍ਹਬੀ ਸਿੱਖ ਖੜਾ ਕਰ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਪੰਜਾਬ ਵਿਧਾਨ ਸਭਾ 2 ਵਾਰ ਰਹੇ ਨੇ ਡਿਪਟੀ ਸਪੀਕਰ ਲੋਕ ਸਭਾ ਰਹੇ ਨੇ ਲੇਕਿਨ ਉੱਥੇ ਕੀ ਹੋਇਆ ਕਿ ਜਿਹੜੀ ਰਾਮਦਾਸੀਆ ਵੋਟ ਉਹ ਬਹੁਤ ਵੱਡੀ ਤਾਦਾਦ 'ਚ ਆ ਤੇ ਕਾਂਗਰਸ ਪੱਤਾ ਖੇਡ ਗਈ ਚੌਧਰੀ ਸੰਤੋਖ ਨੂੰ ਉਹ ਰਾਮਦਾਸ ਉਹ ਸਥਾਨਕ ਆਗੂ ਆ ਦੇਖੋ ਉਹਦਾ ਵਿਰੋਧ ਵੀ ਹੋਇਆ ਸਭ ਕੁਛ ਹੋਇਆ ਪਰ ਮੈਂ ਇੱਕ ਗੱਲ ਜਾਣਦਾ ਉਹ ਸੀਟ 'ਤੇ ਚਰਨਜੀਤ ਸਿੰਘ ਅਟਵਾਲ ਨੇ ਬੜੀ ਜ਼ਬਰਦਸਤ ਟੱਕਰ ਦਿੱਤੀ ਆ ਫੈਸਲਾ ਬਹੁਤ ਥੋੜ੍ਹੇ 'ਚ ਹੋਏਗਾ ਭਾਵੇਂ ਕਿ ਕਾਂਗਰਸ ਲੈ ਜਾਏ ਲੇਕਿਨ ਜੇ ਪੰਜਾਬ ਦੀਆਂ ਜਿਹੜੀਆਂ 5-6 ਸੀਟਾਂ ਫਸੀਆਂ ਨੇ ਉਹਨਾਂ ਸੀਟਾਂ 'ਚ ਇੱਕ ਜਲੰਧਰ ਵੀ ਆ ਜਿਹੜੀ ਬੁਰੀ ਤਰ੍ਹਾਂ ਨਾਲ ਫਸੀ ਹੋਈ ਆ ਜੇ ਹੁਸ਼ਿਆਰਪੁਰ ਅਤੇ ਅਸੀਂ ਗੁਰਦਾਸਪੁਰ ਨੂੰ ਕਹਿੰਦੇ ਸੀਟਾਂ ਫਸੀਆਂ ਤਾਂ ਫਿਰ ਜਲੰਧਰ ਦੀ ਸੀਟ ਵੀ ਫਸੀ ਹੋਈ ਆ ਜਿਹਦਾ ਫੈਸਲਾ ਐਡਾ ਸੌਖਾ ਨਹੀਂ ਹੈ ਬੜਾ ਔਖਾ ਫੈਸਲਾ ਲੇਕਿਨ ਚਲੋ ਕਿਸੇ ਦੇ ਵੀ ਪੱਖ 'ਚ ਤਾਂ ਜਾਣਾ ਹੀ ਆ ਅੱਜ ਨਹੀਂ ਪਤਾ ਲੱਗੇਗਾ ਤਾਂ 23 ਤਰੀਕ ਨੂੰ ਉਹ ਸਾਫ਼ ਹੋ ਜਾਏਗਾ ਜੀ ਬੇਅਦਬੀ ਅਕਾਲੀਆਂ ਦੇ ਖਿਲਾਫ਼ ਇੱਕ ਵੱਡਾ ਮੁੱਦਾ ਬਣਿਆ ਹੋਇਆ ਇਹਨੂੰ ਕਿੰਨਾ ਕੁ ਕੰਟਰੋਲ ਕਰਨ ਦੇ ਵਿੱਚ ਡੈਮੇਜ ਨੂੰ ਕੰਟਰੋਲ ਕਰਨ 'ਚ ਅਕਾਲੀ ਦਲ ਕਾਮਯਾਬ ਹੋਇਆ ਪੰਜਾਬ 'ਚ ਜਿਵੇਂ ਬਾਦਲ ਸਾਹਿਬ ਦੀ ਬਹੁਤ ਤਾਰੀਫ ਕਰਕੇ ਮੋਦੀ ਸਾਹਿਬ ਪੈਰੀਂ ਹੱਥ ਲਾ ਕੇ ਕੀ ਲੱਗਦਾ ਥੋੜ੍ਹਾ ਗੁੱਡਵਿਲ ਬਣਾ ਗਏ ਬਾਦਲ ਸਾਹਿਬ ਦੀ ਉਹ ਦੇਖੋ ਜਿਹੜੀ ਮੋਦੀ ਸਾਹਿਬ ਦਾ ਪੈਰੀਂ ਹੱਥ ਲਾਉਣਾ ਉਹਦੇ ਨਾਲ ਗੁੱਡਵਿਲ ਸਿੱਖਾਂ 'ਚ ਨਹੀਂ ਬਣਨੀ ਉਹਦੇ 'ਚ ਦੇਖੋ ਜਿੱਥੋਂ ਤੱਕ ਅਕਾਲੀ ਦਲ ਦਾ ਸੀ ਅਕਾਲੀ ਦਲ ਜੋ ਮੈਂ ਕਹਿੰਦਾ ਕਾਂਗਰਸ ਨੇ 1984 'ਚ ਆਪਰੇਸ਼ਨ ਬਲਿਊ ਸਟਾਰ ਅਤੇ ਫਿਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕਰਕੇ ਜੋ ਉਹਨਾਂ ਨੇ ਇੱਕ ਦੇ ਬਾਅਦ ਇੱਕ ਗਲਤੀਆਂ ਕੀਤੀਆਂ ਤੇ ਮਾਫ਼ੀ ਉੱਤੇ ਨਹੀਂ ਆਏ ਉਹੀ ਅਕਾਲੀ ਦਲ ਨੇ 2015 ਤੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ 2015 ਕੀ ਕਹੀਏ 2007 'ਚ ਸਰਸੇ ਵਾਲੇ ਸਾਧ ਨਾਲ ਝਗੜਾ ਹੁੰਦਾ ਉਹਨੂੰ
ਪੰਥ ਚੋਂ ਛੇਕਿਆ ਜਾਂਦਾ, ਨੌ ਚ ਉਹਦੇ ਨਾਲ ਸਮਝੌਤਾ ਕਰਦੇ ਵੋਟਾਂ ਲੈਂਦੇ, ਬਾਰਾਂ ਚ ਉਹਦੇ ਤੋਂ ਵੋਟਾਂ ਲੈਂਦੇ, ਚੌਦਾਂ ਚ ਉਹਦੇ ਤੋਂ ਵੋਟਾਂ ਲੈਂਦੇ, ਪੰਦਰਾਂ ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ, ਫਿਰ ਲੋਕ ਲੱਖ ਕਹਿਣ ਅਕਾਲੀ ਦਲ ਨੇ ਬੇਅਦਬੀ ਕੀਤੀ। ਮੈਂ ਅੱਜ ਵੀ ਕਹਿੰਦਾ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕੀਤੀ, ਪਰ ਅਕਾਲੀ ਦਲ ਦਾ ਇੱਕ ਬੜਾ ਵੱਡਾ ਦੋਸ਼ ਹੈ ਕਿ ਉਹਨਾਂ ਨੇ ਸਮਾਂ ਰਹਿੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਸੀ ਉਹਨਾਂ ਨੂੰ ਪਕੜਿਆ ਨਹੀਂ। ਪਰ ਉਹ ਦੋਸ਼ੀ ਹੁਣ ਕਿਤੇ ਨਾ ਕਿਤੇ ਸਪੋਰਟ ਵੀ ਮਿਲ ਰਹੀ ਹੈ, ਇਹ ਮਤਲਬ ਕਲੀਅਰ ਹੋ ਗਿਆ ਤਕਰੀਬਨ ਕਿ ਬਠਿੰਡਾ ਅਤੇ ਸੰਗਰੂਰ ਸੀਟ ਤੋਂ ਡੇਰਾ ਸਿਰਸਾ ਦੇ ਜਿਹੜੇ ਨੇ ਉਹਨਾਂ ਨੇ 17 ਨੂੰ ਵੈਸੇ ਤਾਂ ਐਲਾਨ ਕਰਨਾ, ਇਹ ਕਲੀਅਰ ਹੈ ਕਿ ਬਠਿੰਡਾ ਅਤੇ ਸੰਗਰੂਰ 'ਚ ਡੇਰਾ ਜਿਹੜਾ ਸਪੋਰਟ ਅਕਾਲੀ ਦਲ ਨੂੰ ਕਰ ਰਿਹਾ। 17 ਨੂੰ ਨਹੀਂ ਕਰਨਾ ਸ਼ਾਇਦ, ਟਵਾਣਾ ਸਾਹਿਬ ਪਤਾ ਨਹੀਂ ਤੁਹਾਡੇ ਕੋਈ ਇਨਫੋਰਮੇਸ਼ਨ ਕਿੱਥੋਂ ਆਈ, ਜਿਹੜੀ ਮੇਰੇ ਕੋਲ ਆ ਇਹ ਅੱਜ ਤੋਂ ਇੱਕ ਮਹੀਨਾ ਪਹਿਲਾਂ ਫੈਸਲਾ ਹੋ ਚੁੱਕਿਆ ਕਿ ਅਸੀਂ ਅਕਾਲੀ ਦਲ ਨੂੰ ਸਪੋਰਟ ਕਰ, ਨਹੀਂ ਆਫੀਸ਼ੀਅਲੀ 17 ਨੂੰ ਕਿਹਾ ਉਹਨਾਂ ਨੇ ਰਾਮ ਸਿੰਘ ਹੋਰਾਂ ਨੇ, ਆਫੀਸ਼ੀਅਲੀ ਨਹੀਂ ਕਰਨਗੇ, ਉਹ ਅੰਦਰ ਖਾਤੇ ਰੱਖਣਗੇ, ਜੇ ਆਫੀਸ਼ੀਅਲੀ ਨਹੀਂ ਕਹਿੰਦੇ ਅਸੀਂ 17 ਅਕਾਲੀ ਦਲ ਨੂੰ ਉਹਦਾ ਨੁਕਸਾਨ ਵੀ ਹੋਏਗਾ ਜੇ ਆਫੀਸ਼ੀਅਲੀ ਕਰਨਗੇ ਤਾਂ। ਹੁਣ ਰਹੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੀ ਉਹ ਡੈਮੇਜ ਜਿਹੜਾ ਸੀ ਉਹਨੂੰ ਕਿੰਨਾ ਕੁ ਕੰਟਰੋਲ ਕਰ ਪਾਇਆ, ਅਕਾਲੀ ਦਲ ਖੁਦ ਉਹਨੂੰ ਕੰਟਰੋਲ ਨਹੀਂ ਕਰ ਪਾਇਆ, ਉਹ ਇੱਕ ਦੇ ਬਾਅਦ ਇੱਕ ਗਲਤੀਆਂ ਕਰੀਗਾ, ਡੇਰੇ ਦੇ ਸਾਧ ਨੂੰ ਮਾਫ਼ੀ ਦੇਣੀ, ਉੱਥੇ ਦੋ ਸਿੱਖ ਨੌਜਵਾਨਾਂ ਦਾ ਗੋਲੀਆਂ ਦੇ ਸ਼ਹੀਦ ਹੋ ਜਾਣਾ, ਦੋ ਨੂੰ ਨਜਾਇਜ਼ ਪਕੜ ਕੇ ਅੰਦਰ ਦੇ ਦੇਣਾ, ਫਿਰ ਉਹਨਾਂ ਨੂੰ ਛੱਡਣਾ, ਫਿਰ ਮਾਫ਼ੀਨਾਮਾ ਵਾਪਸ ਲੈਣਾ, ਬੜੀਆਂ ਗਲਤੀਆਂ ਕੀਤੀਆਂ ਨੇ ਇੱਕ ਦੇ ਬਾਅਦ ਇੱਕ। ਹੁਣ ਹਾਲਾਤ ਕਿੱਥੇ ਆ ਕੇ ਖੜ੍ਹੇ, ਜਿਹੜਾ ਬਰਗਾੜੀ ਮੋਰਚਾ ਸੀ ਜਿਹੜੀਆਂ ਉਹਨਾਂ ਨੇ ਬੇਵਕੂਫੀਆਂ ਕੀਤੀਆਂ ਅਤੇ ਇੱਕ ਦੇ ਬਾਅਦ ਇੱਕ ਗਲਤੀ ਕੀਤੀ, ਉਹਦਾ ਬਲ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਮਿਲਿਆ। ਜੇ ਉਹ ਮੋਰਚਾ ਨਾ ਲਾਉਂਦੇ ਅਕਾਲੀ ਦਲ ਕੋਲੇ ਕੋਈ ਜਵਾਬ ਨਹੀਂ ਸੀ, ਜੇ ਉਹਨਾਂ ਦਾ ਮੋਰਚਾ ਫੇਲ ਨਾ ਹੁੰਦਾ ਅਕਾਲੀ ਦਲ ਕੋਲੇ ਜਵਾਬ ਨਹੀਂ ਸੀ, ਜੇ ਉਹ ਮਾਰਚ ਨਾ ਕੱਢਦੇ ਤੇ ਉਹਨਾਂ ਦੇ ਮਾਰਚ 'ਚ ਝਗੜੇ ਨਾ ਹੁੰਦੇ, ਪੈਸੇ ਪਿੱਛੇ ਲੜਾਈ ਨਾ ਹੁੰਦੀ, ਤਾਂ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਸੀ ਉਹ ਇਸ ਪੋਜੀਸ਼ਨ 'ਚ ਨਹੀਂ ਸੀ ਆਉਂਦਾ ਜਿਹੜੀ 'ਚ ਅੱਜ ਆ ਗਿਆ। ਮਤਲਬ ਪੰਥਕ ਜਥੇਬੰਦੀਆਂ ਜਾਂ ਬਰਗਾੜੀ ਵਾਲਾ ਜਿਹੜੇ ਧੜੇ ਸੀ ਉਹਨਾਂ ਦੇ ਫੇਲ ਹੋਣਾ ਅਕਾਲੀ ਦਲ ਦੇ ਸਫਲ ਹੋਣ ਦੇ ਬਰਾਬਰ ਹੋ। ਹਾਂ ਬਿਲਕੁਲ ਬਿਲਕੁਲ ਸਾਹਿਬ, ਅੱਜ ਅੱਜ ਵੀ ਜਿੱਦਾਂ ਦੇਖੋ, ਹੁਣ ਅੱਜ ਕੀ ਆ, ਅੱਜ ਉਹਨਾਂ ਬਠਿੰਡੇ ਤੋਂ ਫਿਰੋਜ਼ਪੁਰ ਤੱਕ ਦਾ, ਤਲਵੰਡੀ ਸਾਬੋ ਤੋਂ ਫਿਰੋਜ਼ਪੁਰ ਤੱਕ ਦਾ ਮਾਰਚ, ਉਹ ਸਿਆਸਤ ਨੂੰ ਸਮਝ ਨਹੀਂ ਰਹੇ ਕਿ ਤੁਸੀਂ ਕੈਂਡੀਡੇਟ ਖੜੇ ਕੀਤੇ, ਤੁਹਾਡੇ ਕੈਂਡੀਡੇਟ ਭੱਜ ਗਏ, ਤੁਸੀਂ ਮਾਰਚ ਕਰ ਰਹੇ ਆ ਕਿ ਅਕਾਲੀ ਦਲ ਨੂੰ, ਮਤਲਬ ਲੋਕਾਂ ਨੇ ਇਹਨਾਂ ਧਿਰਾਂ ਨੂੰ ਨਕਾਰਿਆ ਤੇ ਮਤਲਬ ਉਹ ਅਕਾਲੀਆਂ ਪ੍ਰਤੀ ਉਹਨਾਂ ਦਾ ਹੇਜ ਜਾਗ ਪਿਆ ਲੋਕਾਂ ਦਾ। ਦੇਖੋ ਪਤਾ ਕੀ ਸੀ, ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਸ਼ਰਧਾ ਰੱਖਣ ਵਾਲੇ ਸੀ ਉਹਨਾਂ ਨਾਲ ਜਦੋਂ ਪੰਥਕ ਜਥੇਬੰਦੀਆਂ ਜੀ ਨਾਲ ਮੋਰਚਾ ਲਾਇਆ ਸੀ, ਉਹਨਾਂ ਤੋਂ ਜਦੋਂ ਉਹਨਾਂ ਦਾ ਮੋਹ ਭੰਗ ਹੋ ਗਿਆ ਉਹਨਾਂ ਕਿਤੇ ਤਾਂ ਜਾਣਾ ਸੀ। ਕਾਂਗਰਸ 1984 ਦੀ ਦੋਸ਼ੀ ਆ, ਇਹ ਸਪਸ਼ਟ ਸੀ ਉਹਨਾਂ ਦੇ ਸਾਹਮਣੇ, ਦਿੱਲੀ ਕਤਲੇਆਮ ਦੀ ਵੀ ਦੋਸ਼ੀ ਆ, ਇਹ ਵੀ ਸਾਹਮਣੇ ਸੀ। ਪੰਜਾਬ ਦਾ ਜੋ ਉਹਨਾਂ ਨੇ ਨੌਜਵਾਨੀ ਦਾ ਭਾਣ ਕਰਾਇਆ ਉਹ ਵੀ ਸਾਹਮਣੇ ਸੀਗਾ, ਠੀਕ ਹੈ। ਹੁਣ ਉਹਦੇ ਬਾਅਦ ਉਹ ਜਾਣ ਤੇ ਕਿੱਥੇ ਜਾਣ। ਬਿਲਕੁਲ ਬਿਲਕੁਲ, ਤੇ ਇਸ ਦੇ ਨਾਲ ਹੀ ਸਮਾਂ ਸਮਾਪਤੀ ਵਾਲਾ। ਸੋ ਸੁਰਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ, ਪ੍ਰੋਗਰਾਮ ਸੱਚ ਦਾ ਸਾਹਮਣਾ ਅਕਾਲ ਚੈਨਲ ਦੇ ਸਤਿਕਾਰ ਦਰਸ਼ਕਾਂ ਤੋਂ ਇੱਥੇ ਹੀ ਅੱਗੇ ਚਾਹਵਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।